ਸਤਿਨਾਮ ਸ਼੍ਰੀ ਵਾਹਿਗੁਰੂ ਜੀਓ, ਗੁਰੂ ਵਿਦਿਆ ਅਤੇ ਨਾਮ ਦਾ ਤੇਰਾ ਮੰਗਲ। ਕਵਿਤ ਨਿਤ ਹੀ ਭਗਤ ਰਤ ਨਾਮ ਕਿਨੂੰ ਬਿਰਤ ਚਿਤ, ਸੰਤਨ ਕੇ ਹਿਤਿਆਤ ਸੰਤ ਸਿੰਘ ਨਾਮ ਹੈ। ਭਗਤ ਤੋਂ ਮਤਲਬ ਭਗਤੀ, ਨਿਰੰਕਾਰ ਨਾਲ ਪਿਆਰ, ਸੇਵਾ ਆ, ਕੀਰਤਨ ਆ, ਭਜਨ ਆ, ਲੇਵ ਜਿਹੜੀ ਜੋੜਨੀ, ਰਤ ਨਾਮ ਪ੍ਰੇਮ ਦਾ, ਚਿੱਤ ਜਿਹੜਾ ਚਿੱਤ ਦੀਆਂ ਪੰਜ ਤਰ੍ਹਾਂ ਦੀਆਂ ਬਿਰਤੀਆਂ ਜਿਹੜੀਆਂ ਚਿੱਤ ਛੁੱਟਦੀਆਂ ਰਹਿਣੀਆਂ, ਇਹਨਾਂ ਤੋਂ ਫਿਰ ਨਿਰੋਧ ਹੁੰਦਾ ਰੋਕਣਾ, ਉਥਾਨ ਹੋ ਕੇ, ਅਤੇ ਆਤਮਾ ਜਿਹੜੀ ਹੈ ਚਿੱਤ ਬਿਰਤੀਆਂ ਨਾਲ ਇੱਕ ਰੂਪ ਹੁੰਦਾ। ਇਹ ਸਾਰੀਆਂ ਜਿੰਨੀਆਂ ਬਿਰਤੀਆਂ ਇਹ ਇਨਸਾਨ ਨੂੰ ਸੰਸਾਰ ਵੱਲ ਭਟਕਾਉਂਦੀਆਂ। ਭਾਈ ਸਾਹਿਬ ਦੱਸਦੇ ਆ ਕਿ ਮੇਰੇ ਜਿਹੜੇ ਵਿਦਿਆ ਦਾਤੇ ਹੈ ਉਹਨੇ ਚਿੱਤ ਦੀ ਬਿਰਤੀ ਨੂੰ ਨਾਮ ਨਾਲ ਜੋੜਿਆ ਆ। ਭਗਤੀ ਮਾਰਗ ਦੇ ਵਿੱਚ ਹਮੇਸ਼ਾ ਉਹ ਲੀਨ ਰਹਿੰਦੇ ਆ। ਚਿੱਤ ਦੀਆਂ ਪੰਜ ਬਿਰਤੀਆਂ ਹੁੰਦੀਆਂ, ਪ੍ਰਮਾਣ ਆ, ਵਿਪਰਜੇ ਆ, ਵਿਕਲਪ ਆ, ਨਿੰਦਰਾ ਆ, ਸਿਮਰਤੀ ਆ। ਇਹ ਪੰਜ ਬਿਰਤੀਆਂ ਹੁੰਦੀਆਂ। ਫਿਰ ਇਸ ਤਰ੍ਹਾਂ ਜਿਹੜੀ ਸ਼ਾਂਤ ਅਵਸਥਾ ਆ ਜਾਂ ਘੋਰ ਅਵਸਥਾ ਆ, ਮੂੜ ਅਵਸਥਾ ਆ, ਇਸ ਤਰ੍ਹਾਂ ਦਾ ਇਹ ਵੀ ਪ੍ਰਭਾਵ ਜਿਹੜਾ ਬਣਿਆ ਰਹਿੰਦਾ ਹੈ। ਇਸ ਵਾਸਤੇ ਭਾਈ ਸਾਹਿਬ ਦੱਸਦੇ ਆ ਕਿ ਮੇਰੇ ਜਿਹੜੇ ਵਿਦਿਆ ਦਾਤੇ ਆ ਉਹਨਾਂ ਦਾ ਨਾਮ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੈ, ਅਤੇ ਉਹਨਾਂ ਦਾ ਗੁਰਮੁਖ ਪਿਆਰਿਆਂ ਨਾਲ ਬੜਾ ਹਿੱਤ ਪਿਆਰ ਆ, ਔਰ ਜਿਨ੍ਹਾਂ ਦਾ ਜਿਹੜਾ ਮਨ ਸਦਾ ਭਗਤੀ ਪ੍ਰੇਮ 'ਚ ਲੱਗਾ ਰਹਿੰਦਾ, ਸਿਮਰਨ ਮਿਲਦੇ ਰਹਿੰਦੇ ਆ। ਸਿਮਰਨ ਨੂੰ ਚਿੱਤ ਦੀ ਬਿਰਤੀ ਉਹਨਾਂ ਨੇ ਬਣਾ ਲਿਆ ਹੈ, ਇਸ ਤਰ੍ਹਾਂ ਉਹਨਾਂ ਦਾ ਸੁਭਾਵ ਹੈ। ਸੰਤਨ ਸੋ ਹਿੱਤ, ਸੰਤਾਂ ਨਾਲ ਉਹਨਾਂ ਦਾ ਬਹੁਤ ਹਿੱਤ ਪਿਆਰ ਆ, ਸੰਤ ਸਿੰਘ ਉਹਨਾਂ ਦਾ ਨਾਮ ਆ। ਅਤੇ ਨਿਤ ਭਗਤ ਰਤ ਭਗਤੀ 'ਚ ਰੰਗੇ ਰਹਿੰਦੇ ਆ। ਨਾਮ ਕਿਨੂੰ ਬਿਰਤ ਚਿੱਤ, ਅਤੇ ਜਿਹੜੀ ਚਿੱਤ ਦੀ ਬਿਰਤੀ ਹੈ ਉਹਨੂੰ ਨਾਮ ਵਿੱਚ ਜੋੜਿਆ ਹੋਇਆ, ਨਾਮ ਰੂਪੇ ਕੀਤਾ ਹੋਇਆ। ਸੁਜਨ ਦਿਆਲ ਧੀਰ ਧਰਮ ਵਿਸਾਲ ਧਰ, ਜਾਸ ਵੈਸ ਬਾਲ ਹੂੰ ਅਤੇ ਭਜਨ ਸੋ ਖਾਵੇ। ਅਤੇ ਸੁਜਨ ਮੈਨੂੰ ਬੜੇ ਸੱਜਣ ਪੁਰਖ ਆ, ਹਰੇਕ ਨਾਲ ਮਿੱਤਰਤਾਲਾ ਭਾਵ ਰੱਖਣ ਵਾਲੇ, ਧੀਰ ਬੜੇ ਧੀਰਜ ਵਾਲੇ, ਦਿਆਲੂ ਸੁਭਾਲੇ, ਧਰਮ ਵਿਸਾਲ ਧਰ, ਧਰਮ ਵਿਸਾਲ ਧਰ ਵੱਡੇ ਧਰਮ ਨੂੰ ਧਾਰਨ ਵਾਲੇ, ਵਿਸ਼ੇਸ਼ ਕਰਕੇ ਹਾਂਜੀ ਸਾਲ ਮੈਨੇ ਬੜੇ ਸ੍ਰੇਸ਼ਟ ਧਰਮ ਦੇ ਧਾਰਨ ਵਾਲੇ, ਧਰਮ ਦੇ ਘਰੇ ਹੀ ਸਮਝੇ। ਜਾਸ ਵੈਸ ਬਾਲੂ ਦੇ ਭਜਨ ਸੁਖਾਵੇ, ਜਿਨ੍ਹਾਂ ਦਾ ਬਾਲ ਵੈਸ ਛੋਟੀ ਉਮਰ ਤੋਂ ਭਜਨ ਕਰਨ ਦੇ ਕੰਮ ਆ, ਕਿਉਂਕਿ ਨਿਰਮਲੇ ਸੰਤ ਸੀਗੇ, ਬੜੇ ਵਿਦਵਾਨ ਸੀਗੇ, ਛੋਟੀ ਉਮਰ ਤੋਂ ਭਜਨ ਕਰਨੇ ਉਹਨਾਂ ਦਾ ਨਿੱਤ ਦਾ ਕਰਮ ਬਣਿਆ ਸੀ। ਜਾਂ ਕਿ ਚਰਨੋਂ ਦੀ ਬੂੰਦ ਪੈ ਬੂੰਦ ਮੈਂ ਬਦਨ ਪਾਏ, ਸਮਤ ਸਦਨ ਪੈ ਕਦਨ ਬਰਾਮ ਹੈ। ਕਿਉਂਕਿ ਉਹ ਜਿਹੜੇ ਸੰਤ ਸਿੰਘ ਸੁਭਾਅ ਦੇ ਬੜੇ ਦਿਆਲੂ ਸੁਭਾਅ ਦੇ, ਸਾਰਿਆਂ ਨੂੰ ਸੱਜਣਤਾ ਹੀ ਕਰਨ ਵਾਲੇ, ਬੜੇ ਹੌਂਸਲੇ ਵਾਲੇ, ਘਬਰਾਉਂਦੇ ਨਹੀਂ, ਧੀਰਜ ਵਾਲੇ ਆ, ਸਿੱਖ ਧਰਮ ਨੂੰ ਧਾਰਨ ਵਾਲੇ, ਪੱਕੇ ਧਾਰਨ ਵਾਲੇ ਆ, ਅਤੇ ਜਿਨ੍ਹਾਂ ਦਾ ਛੋਟੀ ਉਮਰ ਤੋਂ ਭਜਨ ਨਾਲ ਹੀ ਕੰਮ ਆ, ਮਤਲਬ ਛੋਟੀ ਉਮਰ ਤੋਂ ਇੱਧਰ ਆ ਗਿਆ ਉਹ ਸੰਤ ਸਮਾਜ ਵਿੱਚ, ਭਜਨ ਵਿੱਚ ਹੀ ਉਹਨਾਂ ਦੀ ਹਾਲੇ ਦੇਵ ਜਿਹੜੀ ਬਿਰਤੀ ਜੁੜੀ ਰਹਿੰਦੀ ਹੈ। ਜਾਂ ਕਿ ਚਰਨ ਉਹਦੇ ਕੀ ਬੂੰਦ ਮੈਂ ਬਦਨ ਪਾਏ, ਸਮਤ ਸਦਨ ਪਾਏ ਉਹ ਕਦਨ ਬਰਾਮ ਹੈ। ਫਿਰ ਜਿਨ੍ਹਾਂ ਦੇ ਕਹਿੰਦੇ ਚਰਨਾਂ ਦੀ ਹਾਂਜੀ ਅੰਮ੍ਰਿਤ ਰੂਪੀ ਬੂੰਦ ਮੂੰਹ 'ਚ ਪਾ ਕੇ ਚਰਨਾਮਤ ਹਾਂਜੀ ਦੇਖ ਕੇ ਕਹਿੰਦੇ ਮੈਂ ਜਦੋਂ ਉਹਨਾਂ ਦੇ ਚਰਨਾਂ 'ਚ ਆਇਆ ਅਤੇ ਉਹਨਾਂ ਦੀ ਕਿਰਪਾ ਨਾਲ ਸ੍ਰੇਸ਼ਟ ਬੁੱਧੀ ਦਾ ਘਰ ਬਣ ਗਿਆ, ਭਾਵ ਕਿ ਵਿਦ ਸਦਨ ਮੈਨੇ ਘਰ ਬਣ ਗਿਆ, ਵਿਦਵਾਨ ਹੋ ਗਿਆ, ਔਰ ਬਹੁਤ ਅਣਥੱਕ ਮਿਹਨਤ ਕਰਨ ਵਾਲਾ ਹੋ ਗਿਆ। ਉਹਨਾਂ ਦੀ ਕਿਰਪਾ ਨਾਲ ਸਾਰੇ ਜਿਹੜੇ ਕਲੇਸ਼ ਹੈ ਉਹਨਾਂ ਦਾ ਅੰਤ ਹੋ ਗਿਆ। ਜਾਂ ਕਿ ਚਰਨੋਂ ਦੇ ਕੀ ਬੂੰਦ ਮੈਂ ਬਦਨ ਪਾਏ, ਉਹਨਾਂ ਦੇ ਚਰਨਾਂ ਦੇ ਚਰਨਾਮ ਦੀ ਬੂੰਦ ਬਦਨ ਮੁਖ 'ਚ ਪਾ ਕੇ ਸਮਤ ਸਦਨ ਪਿਓ ਸ੍ਰੇਸ਼ਟ ਮਤ ਦਾ ਘਰ ਬਣ ਗਿਆ, ਕਦਨ ਬਰਾਮ ਹੈ। ਅਤੇ ਫਿਰ ਉਹਨਾਂ ਦੀ ਕਿਰਪਾ ਦੇ ਨਾਲ ਹਾਂਜੀ, ਕਿਉਂਕਿ ਚਰਨਾਂ ਦਾ ਚਰਨਾਮ ਦੀ ਬੂੰਦ ਮੂੰਹ 'ਚ ਪਾ ਕੇ ਬੂੰਦ ਮੈਂ ਬਦਨ ਪਾਏ, ਇੱਕ ਜਾਣੀ ਇਸ਼ਾਰਾ ਦਿੱਤਾ ਚਰਨਾਂ ਦੀ ਪਾਣੀ ਦੀ ਬੂੰਦ ਪੀਣੀ ਕਿਤੇ ਰਹੀ, ਕਹਿੰਦੇ ਉਹਦੇ ਵਿੱਚ ਆਪਣਾ
ਜਿਹੜਾ ਮੂੰਹ ਸੀ ਦੇਖ ਕੇ, ਜਿਵੇਂ ਜਲਦੀ ਹੁਣ ਸ਼ੀਸ਼ੇ ਮੂੰਹ ਹਾਂਜੀ ਸਾਫ ਹੁੰਦੀ ਹੈ, ਇਸ ਤਰ੍ਹਾਂ ਮੂੰਹ ਦੇਖਣਾ ਹੀ ਮਾਤਰ ਕਾਫੀ ਹੈ। ਮਤਲਬ ਇਹ ਹੈ ਕਿ ਦਰਸ਼ਨ ਮਾਤਰ ਨਾਲ ਗਿਆਨ ਬਣ ਹੋ ਜਾਂਦਾ ਹੈ। ਸਮਤ ਸਦਨ ਸ੍ਰੇਸ਼ਟ ਮਤ ਦੇ ਘਰ ਬੜੇ ਵਿਦਵਾਨ ਸਿਆਣੇ ਔਰ ਕਦਲ ਬਰਾਮ ਹਾਂਜੀ ਕਦਨ ਮੈਨੇ ਕੱਟਣ ਵਾਲੇ ਆਰਾਮ ਦੇ ਬਰਾਮ ਟਿਕਾਓ ਆਰਾਮ ਨਾਲ ਭਾਵ ਕਿ ਕੇਵਲ ਕਵੀ ਵਿਦਵਾਨ ਹੋ ਗਏ ਔਰ ਵਿੱਦਿਆ ਸੰਬੰਧੀ ਜਿਹੜੇ ਕੰਮ ਕਰਨ ਵਿੱਚ ਸਿਆਣਾ ਬਣ ਗਿਆ ਆਰਾਮ ਦੇ ਕੱਟਣ ਵਾਲਾ ਇਹ ਆਰਾਮ ਪ੍ਰਸਤ ਨਹੀਂ ਬਣਿਆ ਹੁਣ ਥੱਕ ਮਿਹਨਤ ਕਰਨ ਵਾਲਾ ਹੋ ਗਿਆ। ਕਦਨ ਮੈਨੇ ਦੋਖਿਆ ਪਾਪ ਕਲੇਸ਼ਿਆ ਉਹਨਾਂ ਦੀ ਸਮਾਪਤੀ ਹੋ ਗਈ। ਬ੍ਰਾਹਮ ਮੈਨੇ ਸਮਾਪਤੀ ਅੰਤ ਹੋ ਗਿਆ ਉਹਨਾਂ ਦੀ ਕਿਰਪਾ ਨਾਲ ਬੜਾ ਮੁਸ਼ੱਕਤ ਵਾਲਾ ਬਣ ਗਿਆ। ਤਾਂ ਕਿ ਯਾਰ ਬਿੰਦ ਪਲ ਸੁੰਦਰ ਮਕਾਨ ਦੁੰਦ ਬੰਦ ਕਰ ਬੰਦਨਾ ਸਦਾ ਮੈਂ ਸੁੱਖ ਧਾਮ ਹੈ। ਇਸ ਪਰ ਕਹਿੰਦੇ ਫਿਰ ਉਹਨਾਂ ਦੇ ਜਿਹੜੇ ਪਵਿੱਤਰ ਚਰਨ ਕਮਲਿਆ ਉਹਨਾਂ 'ਤੇ ਮੁਕਤੀ ਦੇ ਦਾਤਾ ਸੁੱਖਾਂ ਦਾ ਕਾਰਿਆ ਦੋਵੇਂ ਹੱਥ ਜੋੜ ਕੇ ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਅਰਵਿੰਦ ਮੈਨੇ ਕਮਲ ਜਿਹੜੇ ਅਰਵਿੰਦ ਪਦ ਕਮਲਾਂ ਵਰਗੇ ਚਰਨ ਮੁਖੰਦ ਮੁਕਤੀ ਦਾਤੇ ਆ ਅਤੇ ਦੁੰਦ ਜਿਹੜੇ ਦਵੰਦ ਆ ਹਾਂਜੀ ਭਾਵ ਕਿ ਦੋਵੇਂ ਹੱਥ ਜਿਹੜੇ ਆ ਹਾਂਜੀ ਪਿੱਛੇ ਨੂੰ ਕਰ ਲਈਏ ਦੁੰਦ ਪਾ ਦੋਵਾਂ ਚਰਨਾਂ ਉੱਤੇ ਦੋ ਪਰਸਪਰ ਹਾਂਜੀ ਵਿਰੋਧੀ ਛਿਆਂ ਦਾ ਜੋੜਾ ਜਿਵੇਂ ਕਾਲਾ ਚਿੱਟਾ ਸਰਦੀ ਗਰਮੀ ਆ ਦੁੱਖ ਸੁੱਖ ਆ ਪਾਪ ਪੁੰਨ ਔਰ ਮਾਇਕ ਜੀਵ ਜਿਹੜੇ ਦੁੰਦਾਂ 'ਚ ਫਸੇ ਹੋਏ ਆ ਮਰਦੇ ਆ ਜੰਮਦੇ ਆ ਇਸ ਵਾਸਤੇ ਮੁਕੰਦ ਦੁੰਦ ਕਹਿੰਦੇ ਦੁੰਦਾਂ ਤੋਂ ਮੁਕਤੀ ਦੇਣ ਵਾਲੇ ਮੈਂ ਸੁੱਖਾਂ ਦਾ ਕਾਂ ਧਾਮ ਕਹਿੰਦੇ ਮੇਰੇ ਵਿਦਿਆ ਉਸਤਾਦ ਜਿਹੜੇ ਸੁੱਖਾਂ ਦਾ ਧਾਮ ਕਰ ਮੈਂ ਉਹਨਾਂ ਨੂੰ ਨਮਸਕਾਰ ਕਰਕੇ ਸੁੱਖਾਂ ਦਾ ਧਾਮ ਬਣ ਗਿਆ। ਆਸ਼ੀਰਵਾਦ ਮੰਗਦੇ ਆ ਆਪਣੇ ਉਸਤਾਦ ਨੂੰ ਨਮਸਕਾਰ ਕਰਕੇ ਮੈਂ ਸੁੱਖਾਂ ਦਾ ਧਾਮ ਬਣ ਜਾਵਾਂ ਹਾਂਜੀ ਫਿਰ ਕਹਿੰਦੇ ਪੜ੍ਹਨਾ ਪਏਗਾ ਇਸ ਵਾਸਤੇ ਕਿ ਉਹ ਆਪਣੇ ਗੁਰੂ ਦਾ ਨਾਂ ਸੰਤ ਸਿੰਘ ਦੱਸਦੇ ਉਹਨਾਂ ਦੇ ਗੁਣ ਦੱਸਦੇ ਆ ਸੰਤਾਂ ਦੇ ਪ੍ਰੇਮੀ ਸੀ ਭਗਤੀ ਦਾ ਉਹਨਾਂ ਮਾਰਗ ਸੀ ਸਿੱਖੀ ਉਸੂਲ ਵਿੱਚ ਬੜੇ ਪਰਪੱਕ ਸੀ ਦਿਆਲੂ ਸੁਭਾਅ ਵਾਲੇ ਸੀ ਸੱਜਣ ਪੁਰਖ ਸੀ ਉਹਨਾਂ ਦੀ ਸੇਵਾ ਕਰਕੇ ਸ਼ਗਿਰਦੀ ਕਰਕੇ ਵਿਦਿਆ ਜਿਹੜੀ ਹੈ ਹਾਂਜੀ ਉਹ ਮੈਂ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਨਮਸਕਾਰ ਹੈ ਕਿਉਂਕਿ ਅੱਗੇ ਲੋਕ ਜਿਹੜੇ ਆਪਣੇ ਉਸਤਾਦ ਦਾ ਬਹੁਤ ਸਤਿਕਾਰ ਕਰਦੇ ਸੀ ਹੈਂ ਫਿਰ ਨਾਮ ਵਾਲੇ ਉੱਚੇ ਜੀਵਨ ਵਾਲੇ ਗੁਰਮੁਖਾਂ ਤੋਂ ਨਾਮ ਪ੍ਰਾਪਤ ਹੋਏ ਪ੍ਰੇਮ 'ਚ ਲੱਗੇ ਰਹਿੰਦੇ ਸੀ। ਅੱਜ ਕੱਲ੍ਹ ਕਹਿੰਦੇ ਹੁਣ ਸਕੂਲਾਂ ਕਾਲਜਾਂ 'ਚ ਉਸਤਾਦ ਨੌਕਰ ਹੁੰਦੇ ਆ ਘਰਾਂ 'ਚ ਵੀ ਉਸਤਾਦ ਨੌਕਰ ਰੱਖਦੇ ਆ ਇਸ ਕਰਕੇ ਇਹ ਪੱਛਮੀ ਸਭਿਅਤਾ ਦਾ ਪ੍ਰਭਾਵ ਪੈ ਗਿਆ ਉਹ ਜਿਹੜਾ ਜਾਣੀ ਗੁਰੂ ਦਾ ਸਤਿਕਾਰ ਵਾਲੀ ਗੱਲ ਸੀ ਉਹ ਖਤਮ ਹੋ ਗਈ ਹੈ। ਇਸ ਵਾਸਤੇ ਅੱਗੇ ਜਿਹੜਾ ਸੀ ਉਹ ਗੁਰੂ ਕੁਲਾਂ ਸੀ ਉਹਨਾਂ ਮਹਾਂਪੁਰਖਾਂ ਦਾ ਉਹ ਬੜਾ ਭਾਰੀ ਸਤਿਕਾਰ ਕਰਦੇ ਸੀ ਉਹ ਵੀ ਬੜੇ ਭਜਨੀਕ ਹੁੰਦੇ ਸੀ ਅਤੇ ਫਿਰ ਉਹ ਆਪਣੇ ਉਹਨਾਂ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਟੀਕਾ ਵੀ ਕੀਤਾ ਕੋਸ਼ ਵੀ ਬਣਾਇਆ ਆਤਮ ਪੁਰਾਣ ਦਾ ਵੀ ਮੇਰੇ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਇਹ ਕਿੱਡੇ ਕਿੱਡੇ ਗ੍ਰੰਥਾਂ ਦੀ ਵਾਲਮੀਕਿ ਰਮਾਇਣ ਦਾ ਵੀ ਅਨੁਵਾਦ ਭਾਈ ਸਾਹਿਬ ਨੇ ਕੀਤਾ ਇਹ ਸਾਰੀ ਕਹਿੰਦੇ ਮੇਰੇ ਗੁਰੂ ਦੀ ਜਿਹੜੀ ਕਿਰਪਾ ਹੈ ਜਿਹਨਾਂ ਤੋਂ ਮੈਨੂੰ ਸਾਰੀ ਜਿਹੜੀ ਬਖਸ਼ਿਸ਼ ਹੈ ਇਹ ਪ੍ਰਾਪਤ ਹੋਈ ਹੈ। ਵਾਹਿਗੁਰੂ ਜੀਓ ਨਾਮ ਗੁਰਮੰਤਰ ਅਤੇ ਨਾਮ ਮਹਾਤਮਾ ਗਲਾ ਦੋਹਰਾ ਵਾਹਿਗੁਰੂ ਸਤਨਾਮ ਕੋ ਬੰਧਨ ਵਾਰੰਵਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਸਿੱਖਾਂ 'ਚ ਗੁਰਮੰਤਰ ਕਹਿ ਕੇ ਜਪਿਆ ਜਾਂਦਾ ਹੈ ਸਤਨਾਮ ਸੱਚਾ ਨਾਮ ਕਹਿੰਦੇ ਪਰਮੇਸ਼ਰ ਦੇ ਸੱਚੇ ਨਾਮ ਵਾਹਿਗੁਰੂ ਸਤਨਾਮ ਸਤਨਾਮ ਦਾ ਵਿਸ਼ੇਸ਼ਣ ਜਿਹਦਾ ਨਾਮ ਸੱਚਾ ਭਾਵ ਜੀ ਵਾਹਿਗੁਰੂ ਨੂੰ ਵਾਰ ਵਾਰ ਮੇਰੇ ਨਮਸਕਾਰ ਹੋ ਗਏ ਉਹ ਨਿਸ਼ਚੇ ਕਰਕੇ ਮੇਰਾ ਪਰਮੇਸ਼ਰ ਦਾ ਨਾਮ
ਲੋਕ ਪਰਲੋਕ ਦੀਆਂ ਜਿਹੜੀਆਂ ਬੰਧਨ ਕੰਧਨ ਸੁੱਖ ਸਗਨ ਦੁੱਖ ਮਰਦਨ ਨਿਰਧਾਰ ਬੰਧਨਾਂ ਨੂੰ ਕੱਟਣ ਵਾਲਾ ਦੋਹਾਂ ਲੋਕਾਂ ਦੇ ਸੁੱਖਾਂ ਦਾ ਸਗਨ ਘਰ ਨਿਕੰਦਨ ਮੈਨੂੰ ਕੱਟਣਾ ਦੁੱਖ ਮਰਦਨ ਨਿਰਧਾਰ ਦੁੱਖਾਂ ਨੂੰ ਮਲ ਸਿੱਟਣ ਵਾਲਾ ਐਸਾ ਨਿਸ਼ਚੇ ਕਰੋ ਸੋਭੇ ਵਾਹਿਗੁਰੂ ਵਰ ਸੁੰਦਰ ਨਾਮ ਵਾਹਿਗੁਰੂ ਬਾਗ ਸ੍ਰੇਸ਼ ਸੁੰਦਰ ਨਾਮ ਸਦਾ ਸਵਾਰੇ ਹੁੰਦੇ ਹਨ ਜਿਹੜਾ ਜਾਪ ਕਰਦਾ ਉਹਦੇ ਸਾਰੇ ਕਾਰਜਾਂ ਨੂੰ ਸਵਾਰ ਦਿੰਦਾ ਇਹ ਕਬਲੰਬ ਨਾਮ ਕੋ ਜਾਣਾ ਇਹ ਪਰਮੇਸ਼ਰ ਦੇ ਨਾਮ ਦਾ ਕਬਲੰਬ ਆਸਰਾ ਜਾਣਿਆ ਹੈ ਕਲੀ ਕਾਲ ਸਮਰਥਨ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਸਮਰਾਥਾ ਸਮਰੱਥਾ ਵਾਲਾ ਆ ਹੋਰ ਕੋਈ ਸਾਧਨ ਨਹੀਂ ਆਨੰਦ ਨਹੀਂ ਹੋਰ ਸਾਧਨ ਨਹੀਂ ਕੋਈ ਪੁਰਾਣਾ ਜਾਂ ਕਰਨਾ ਜਾਂ ਹੋਰ ਕਲਯੁਗ ਨਾਮ ਜਪਣੇ ਸਾਧਨ ਸਦਾ ਲੋਕ ਪ੍ਰਲੋਕ ਸਹਾਇ ਇਹ ਸਦਾ ਲੋਕ ਪ੍ਰਲੋਕ ਸਹਾਇਤਾ ਕਰਨ ਵਾਲਾ ਹੈ ਲੈਤ ਨਾਮ ਦੇਣ ਕਰਾ ਨਾਮ ਲੈਣ ਦੇਣ ਪਰਾਈ ਮਨ ਪਲਾਇਨ ਹੋ ਜਾਂਦੇ ਨਸ ਜਾਂਦੇ ਪਰ ਕਾਲ ਕਲ ਕਲਪ ਸੁਧੀ ਇਹ ਜਿਹੜੇ ਕਲਯੁਗ ਦੇ ਕਾਲ ਸਮੇਂ ਦੇ ਸਦੂਖ ਹਨ ਦੋ ਤਿੰਨ ਮੈਲਾਂ ਇਹਨਾਂ ਨੂੰ ਕਲਪ ਜਿਹੜੇ ਮੈਲ ਮਰੀਨ ਟਾਈ ਸਦੂਖ ਹਨ ਦੂਖਣ ਇਹ ਸਾਰੇ ਦੂਰ ਹੋ ਜਾਂਦੇ ਨਾਮ ਕਰਿਓ ਜਿਹਨੂੰ ਗਰੀਵਾ ਭੁੱਖ ਜਿਵੇਂ ਗਲ ਵਿੱਚ ਬਹਿਣਾ ਹੁੰਦਾ ਨਾ ਇਹ ਨਾਮ ਵੀ ਇੱਕ ਬਹਿਣਾ ਹੈ ਜਿਹਨਾਂ ਨੇ ਇਹਨੂੰ ਕੰਧ ਵਿੱਚ ਧਾਰ ਲਿਆ ਭਾਵ ਗਲ ਦਾ ਬਹਿਣ ਬਣਾ ਲਿਆ ਜਿਹੜੇ ਹਮੇਸ਼ਾ ਨਾਮ ਨੂੰ ਜਪਦੇ ਆ ਦੋਰਮ ਮੰਗਲ ਸੁੱਖ ਲਿਆਉਣ ਦਾ ਕਰੈ ਮੰਗਲ ਹਾਨ ਇਹ ਮੰਗਲ ਭਲਿਆਈ ਮਨ ਦੀ ਮੁਰਾਦ ਪੂਰੀ ਕਰਨ ਵਾਲਾ ਸੁੱਖ ਦੇਣ ਵਾਲਾ ਕਲਿਆਣਕਾਰੀ ਹੈ ਆ ਮੰਗਲ ਜਿਹੜੇ ਵਿਘਨ ਆ ਉਹਨਾਂ ਨੂੰ ਨਾਸ ਕਰਨ ਵਾਲਾ ਹੈ ਜਪਤ ਜਪ ਸ੍ਰੀ ਨਾਮ ਕੋ ਪ੍ਰਗਟ ਹੈ ਔਰ ਮੈਂ ਗਿਆਨ ਜਿਹੜੇ ਵਾਰ ਵਾਰ ਜਪਦੇ ਹਿਰਦੇ 'ਚ ਹਿਰਦਾ ਸ਼ੁੱਧ ਵੀ ਹੁੰਦਾ ਅਤੇ ਹਿਰਦੇ 'ਚ ਗਿਆਨ ਵੀ ਪੈਦਾ ਹੁੰਦਾ ਸੋਭੇ ਵਰਤ ਨੇ ਜਪ ਤਪ ਜਗ ਕਰਮ ਜਪ ਕਰਨੇ ਜਗ ਕਰਨੇ ਕਰਮ ਕਰਨੇ ਨਾਮ ਬਿਨਾਂ ਬਿਰਖੇ ਸਭ ਧਰਮ ਨਾਮ ਤੋਂ ਬਿਨਾਂ ਜਿੰਨੇ ਵੀ ਧਰਮ ਹੈ ਸਾਰੇ ਵਿਅਰਥ ਹੈ ਨਾਮਹੀਨ ਭਵ ਸਾਗਰ ਬੀਚੂ ਫਿਰ ਕਹਿੰਦੇ ਆ ਜਿਹੜਾ ਨਾਮਹੀਨ ਭਵ ਸਾਗਰ ਬੀਚੂ ਜਿਹੜੇ ਸੰਸਾਰੀ ਨਾਮ ਕਿਉਂ ਹੋਣੇ ਹੈ ਜਨਮ ਤਰੈ ਉੱਚੂ ਭਵ ਨੀਚੂ ਉਹ ਸੰਸਾਰ ਕਦੀ ਉੱਚੇ ਸਥਾਨਾਂ 'ਤੇ ਕਦੀ ਨੀਵੇਂ ਸਥਾਨਾਂ 'ਤੇ ਮੁੜ ਮੁੜ ਕੇ ਜੰਮਦੇ ਆ ਕਦੀ ਨਰਕਾਂ 'ਚ ਕਦੀ ਸਵਰਗਾਂ 'ਚ ਇਸ ਤਰ੍ਹਾਂ ਹੀ ਭਟਕਦੇ ਹਨ ਨਾਮ ਬਿਨਾਂ ਅਤੇ ਰਾਜ ਸਮਾਜ ਨਾਮ ਤੋਂ ਬਿਨਾਂ ਜਿਨ੍ਹਾਂ ਰਾਜ ਸਮਾਜ ਨੂੰ ਵੀ ਪ੍ਰਕਾਰ ਹੈ ਨਾਮ ਜਿਹਨੇ ਜਗ ਜੀਵਨ ਲਾ ਦੀ ਨਾਮ ਤੋਂ ਬਿਨਾਂ ਜਗ ਤੇ ਜੀਵਨ ਵੀ ਲਾ ਗਿਆ ਭੈ ਭਗਤ ਭੋਗ ਹੈ ਭਗ ਭੋਗੂ ਨਾਮ ਬਿਨਾਂ ਜਾਗ ਹੈ ਜਮ ਲੋਕੂ ਇਸ ਵਾਸਤੇ ਦੱਸ ਰਿਹਾ ਕਵੀ ਜਿਹੜੇ ਲੋਕ ਨਿਡਰ ਹੋ ਕੇ ਸੰਸਾਰ 'ਚ ਭੋਗਾਂ ਨੂੰ ਭੋਗ ਰਹੇ ਆ ਨਾਮ ਤੋਂ ਹੀ ਨੇ ਜਿਹੜੇ ਉਹ ਜਮਾਂ ਦੇ ਲੋਕ ਨੂੰ ਜਾਣਗੇ ਬਾਬੇ ਸੁੰਦਰ ਮੰਦਰ ਅੰਗਣਾ ਸੇਜਾਂ ਸੋਹਣੇ ਮੰਦਰ ਸੋਹਣੀਆਂ ਸੇਜਾਂ ਇਸ ਤਰ੍ਹਾਂ ਜੋ ਚੇਤਨ ਮਾਇਆ ਆਦਿਕ ਅੰਤ ਸਮੇਂ ਜਮ ਗਹਿ ਕਰ ਲੈ ਜਾ ਅੰਤ ਸਮੇਂ ਜਿਹੜਾ ਜਮ ਇਹਨਾਂ ਨੂੰ ਪਕੜ ਕੇ ਲੈ ਜਾਏਗਾ ਚਤਰੰਗਨ ਧੁਜਨੀ ਬਲ ਧਰਨ ਜਿਹੜੀ ਚਾਰ ਪ੍ਰਕਾਰ ਦੀ ਸੈਨਾ ਹੈ ਧੁਜਨੀ ਇਹਨਾਂ ਨੇ ਬਲ ਨੂੰ ਧਾਰਨ ਵਾਲੀ ਅਤੇ ਸ਼ਨਕਾਹੋ ਨਾ ਤੇ ਹੋਏ ਕਰਨੀ ਕਹਿੰਦੇ ਫਿਰ ਤਾਂ ਕੀ ਕਹਿੰਦੇ ਕਿਸੇ ਤੋਂ ਵੀ ਐਸੀ ਕਰਨੀ ਨਹੀਂ ਹੋ ਸਕਣੀ ਭਾਵ ਕਿ ਮੇਰੇ ਕੋਲ ਫੌਜ ਆ ਤਾਂ ਮੈਨੂੰ ਜਮਾਂ ਤੋਂ ਛਡਾ ਲਏਗੀ ਗਜ ਬਾਜੀ ਸਿੰਦਨ ਬਹੁ ਰੰਗੇ ਗਜ ਹਾਥੀ ਬਾਜੀ ਘੋੜੇ ਸਿੰਦਨ ਰਸ ਬਹੁਤ ਰੰਗਾਂ ਦੇ ਬਹੁਤ ਪੋਸ਼ ਕਰਨੇ ਪਗ ਨੰਗੇ ਭਾਵੇਂ ਕੋਲ ਕਿੰਨੇ ਖਜ਼ਾਨੇ ਹੋਣ ਅੱਗੇ ਚਲੇ ਜਾਣਾ ਅਤੇ ਨੰਗੇ ਪੈਰੀਂ ਜਾਣਾ ਸੇਵਕਾ ਡੋਰੇ ਤਜ ਕਰਨਾ ਨੂੰ ਸੇਵਕਾ ਪਾਲਕੀਆਂ ਡੋਲੇ ਇਹ ਛੱਡ ਕੇ ਨਾ ਕਰਾਂਗੇ ਨਾਮ ਬਿਨਾਂ ਜਮ ਪੂਰੀ ਧਿਆਨਾ ਜਦੋਂ ਨਾਮ ਦੀ ਪੂਰੀ ਹੈ ਨਾਮ ਤੋਂ ਬਿਨਾਂ ਜਿਹੜੇ ਆ ਉਹ ਜਮ ਦੀ ਪੂਰੀ ਨੂੰ ਪਿਆਨਾ ਜਾਣਾ ਪੈਂਦਾ ਵੱਡੇ ਵੱਡੇ ਜਿਹੜੇ ਇੱਥੇ ਤਾਂ ਬਹੁਤ ਕੁਝ ਦੇਖ ਸਕਦੇ ਹਨ ਸਮੇਂ ਦਾ ਇਹੀ ਕੁਝ ਹੈ ਨਾਮ ਹੀ ਨਾ ਸਵਾਸ ਸਹਿਤ ਹੈ ਨਾਮ ਤੋਂ ਬਿਨਾਂ ਜਿਹੜੇ ਸਰੀਰ ਵਿੱਚ ਸਵਾਸ ਲੈ ਰਿਹਾ ਉਹ ਕਿਵੇਂ
ਜੇ ਵਿੱਚ ਪਸਰਾ ਫੂਕ ਬਹਿਤ ਹੈ, ਜਿਵੇਂ ਕਹਿੰਦੇ ਪਸਰਾ ਖੱਲਾਂ 'ਚੋਂ ਫੂਕ ਬਹਿੰਦੀ ਹੈ, ਅੱਗੇ ਹੁੰਦੀਆਂ ਸੀ ਖੱਲਾਂ ਜੀਆਂ ਨੂੰ ਹਵਾ ਦਿੰਦੇ ਸੀ। ਨਾਮ ਜਪਦੇ ਵੱਡੇ ਵਡੇਰੇ, ਨਾਮ ਜਪਦੇ ਜਿਹੜੇ ਵੱਡਿਆਂ ਤੋਂ ਵੱਡੇ ਆ, ਤਿੰਨ ਜਮ ਦੂਤ ਨਾ ਆਪ ਨੇੜੇ, ਉਹਨਾਂ ਦੇ ਜਮਾਂ ਦੇ ਦੂਤ ਨੇੜੇ ਨਹੀਂ ਆਉਂਦੇ। ਤੋਰਾ ਨਾਮ ਨਾ ਜਪੇ ਅਕਿਰਤ ਕਾਣ ਜੋ ਅੰਮ੍ਰਿਤ ਦਾ ਤਾਰ, ਜਿਹੜੇ ਨਾਮ ਨਹੀਂ ਜਪਦੇ ਅਕਿਰਤ ਕਾਣ ਹੈ, ਸ਼ੁਕਰੇ ਹੈ ਨਾ ਸ਼ੁਕਰੇ ਹੈ ਕਵੀ ਮਤ, ਜਿਹੜਾ ਮਨ ਨੂੰ ਭਾਵੇ, ਮਨ ਨੂੰ ਮੰਗੇ, ਮਨ ਨੂੰ ਚਾਹੁੰਦੇ ਆ, ਨਾਮ ਜਪਦੇ ਨਹੀਂ ਕਿਰਤ ਗਾਣ, ਮਨ ਬਾਂਸ ਪਦਾਰਥਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਆ ਉਹਨੂੰ ਕਿਤੇ ਨਹੀਂ ਕਰਦੇ, ਕਿਉਂਕਿ ਦਾਤੇ ਦਾ ਕੀਤਾ ਆ ਪਰਪਕਾਰ ਨਹੀਂ ਆ। ਉਹ ਜਿਹੜੇ ਐਸੇ ਲੋਕ ਆ ਅਕਿਰਤ ਗਾਣ ਲੋਕ ਨੂੰ ਕਿਹਾ, ਜਗ ਵਡਿਆਈ ਬਾਅਦ ਮੈਂ ਉਹਦੇ ਮਨ ਗੁਆਰ, ਜਗ ਵਿੱਚ ਉਹਨਾਂ ਦੀ ਵਡਿਆਈ ਜਿਹੜੀ ਫਜੂਲ ਵਡਿਆਈ ਫਸੇ ਆ, ਉਹ ਮੰਦ ਬੁੱਧੀ ਵਾਲੇ ਮੂਰਖ ਹੈ, ਸਮਝਦੇ ਨਹੀਂ ਕਿ ਇਹਦੇ ਨਾਲ ਅੱਗੇ ਕਿਸੇ ਚੀਜ਼ ਨੇ ਨਹੀਂ ਜਾਣਾ, ਅਤੇ ਨਾ ਇਹ ਕੰਮ ਆਉਣਾ, ਇੱਕ ਨਾਮ ਹੀ ਇਹਨਾਂ ਸਹਾਇਤਾ ਕਰਨਾ, ਕਿਉਂਕਿ ਜੰਤ ਸੰਤ ਨਾਮ ਪ੍ਰਤਾਪ, ਜਿਹੜੇ ਸੰਤ ਲੋਕ ਉਹ ਨਾਮ ਦਾ ਪ੍ਰਤਾਪ ਮਹਿਮਾ ਜਾਣਦੇ, ਜੇ ਕਿਸੇ ਪਾਏ ਉਹ ਜਪ ਜਪ, ਇਹ ਕਹਿੰਦੇ ਜਿਸ ਕਿਸੇ ਵੀ ਪਾਇਆ ਉਹ ਨਾਮ ਜਪ ਕੇ ਹੀ ਪਾਇਆ, ਬਿਨਾਂ ਨਾਮ ਜਪੇ ਤਾਂ ਕਿਸੇ ਨਹੀਂ ਪਾਇਆ। ਜਪਾਂ ਤੋਂ ਪਰੇ ਕਿਹੜਾ ਜਿਹੜਾ ਪਰਮੇਸ਼ਰ ਦਾ ਨਹੀਂ, ਜਪਾ ਜਪ ਆਪਣੇ ਆਪ ਹੀ ਹੁੰਦਾ, ਪਹਿਲਾਂ ਤਾਂ ਮਿਹਨਤ ਕਰਨੀ ਪੈਂਦੀ। ਨਾ ਜਾਣੇ ਸਾਖਤ ਪ੍ਰਤਾਪ, ਜਿਹੜੇ ਸਾਖਤ ਲੋਕ ਆ ਉਹਦੇ ਪ੍ਰਤਾਪ ਨੂੰ ਨਹੀਂ ਆ, ਸਾਖਤ ਹੁੰਦਾ ਜਿਹੜਾ ਡਿੱਗਿਆ ਵਾਹਿਗੁਰੂ ਤੋਂ ਭੁੱਲਿਆ ਹੋਇਆ ਬੰਦਾ, ਜਿਹੜਾ ਉਹ ਸਾਖਤ ਆ। ਇਸ ਵਾਸਤੇ ਧਨ ਵਿਸ਼ਵਾਸੀ ਅਹਿਮਦ ਆਪ, ਉਹ ਫਿਰ ਕਹਿੰਦੇ ਧਨ 'ਤੇ ਭਰੋਸਾ ਰੱਖਣ ਵਾਲੇ ਆ, ਜਿਹਨਾਂ ਦਾ ਆਪਣੇ ਸਰੂਪ ਆਪਾ ਜਿਹੜਾ ਉਹਨਾਂ ਦਾ ਉਹ ਸਰੂਪ ਤੋਂ ਭੁੱਲੇ ਹੋਏ ਆ, ਅਤੇ ਸਰਪ ਵਰਗੇ ਆ, ਸਰਪ ਦੀ ਬੁੱਧੀ ਵਰਗੇ ਆ, ਹਰ ਵੇਲੇ ਡੰਗ ਚਲਾਉਣਾ, ਦੂਏ ਦਾ ਬੁਰਾ ਹੀ ਸੋਚਣਾ, ਸੱਪ ਵਰਗੀ ਬੁੱਧੀ ਹੈ, ਜਿਵੇਂ ਸੱਪ ਧਨ 'ਤੇ ਬੈਠਾ, ਨਾ ਦਾਮ ਵਰਤਣਾ, ਨਾ ਕਿਸੇ ਲੋੜਵੰਦ ਨੂੰ ਦੇਣਾ, ਅਤੇ ਡੰਗ ਮਾਰਨਾ, ਅਤੇ ਸੱਪ ਬੁੱਧੀ ਜੇ ਕੋਈ ਮੰਗਤਾ ਆ ਗਿਆ ਤਾਂ ਸਵੇਰੇ ਮੂਡ ਖਰਾਬ ਕਰਨਾ। ਦਰਬ ਹੇਤ ਸਭ ਕਰਿਆ ਪਾਇਓ, ਜਿੰਨੇ ਵੀ ਆਪਾਂ ਮਾਇਆ ਵਾਸਤੇ ਕਰਦੇ ਹਾਂ, ਵਾਹਿਗੁਰੂ ਔਰ ਦੀਨ ਭਲਾਈ, ਵਾਹਿਗੁਰੂ ਨੂੰ ਉਹਨੇ ਆਪਣੇ ਮਨ 'ਚ ਭਲਾ ਦਿੱਤਾ। ਕੰਚਨ ਰੁਚਰ ਰਾਜ ਬਰ ਰਤਨਾ, ਕੰਚਨ ਸੋਨੇ ਦੇ ਰੁਚਰ ਰਚੇ ਹੋਏ ਬਰ ਸ੍ਰੇਸ਼ਟ ਜਿਹੜੇ ਰਤਨ ਰੁਤਨ ਹੈਗੇ ਆ, ਗਹਿਣੇ ਵਗੈਰਾ, ਫਿਰ ਤਾਜ ਕਰਤ ਕਾਚ ਰਚ, ਇਹ ਨਾਮ ਰੂਪੀ ਰਤਨ ਨੂੰ ਤਿਆਗ ਕੇ, ਹਾਂਜੀ, ਅਤੇ ਜਿਵੇਂ ਕੋਈ ਸੋਨੇ ਦੇ ਗਹਿਣੇ ਨੂੰ ਤਿਆਗ ਕੇ ਕੱਚ ਨਾਲ ਪਿਆਰ ਕਰੇ, ਇਸ ਤਰ੍ਹਾਂ ਜਿਹੜੇ ਲੋਕ ਆ ਉਹ ਨਾਮ ਨੂੰ ਛੱਡ ਕੇ ਫਿਰ ਤਾਜ ਕਰਤ ਕਾਚ ਰਤਨ ਜਿਹੜਾ ਕੱਚ ਆ ਉਹਨੂੰ ਜਾਚਣਾ ਕਰਦੇ, ਝੂਠੀਆਂ ਚੀਜ਼ਾਂ ਝੂਠੇ ਪਦਾਰਥ ਜਿਹੜੇ ਹਾਂਜੀ ਉਹਨਾਂ ਵਾਸਤੇ ਇਕੱਠੇ ਕਰਨ ਦਾ ਯਤਨ ਕਰਦੇ ਆ। ਸੋ ਯਾ ਜਾਣਦਾ ਮਹਿਮਾ ਹੀ ਸ਼ੇਖ ਸੋ ਨਾਮੇ ਕੀ ਪ੍ਰਤਾਪ ਵਡਿਆਈ, ਕਹਿੰਦੇ ਪਰਮੇਸ਼ਰ ਨਾਮ ਦੇ ਪ੍ਰਤਾਪ ਵਡਿਆਈ ਨੇ ਉਹ ਜਿਹੜਾ ਬੇਅੰਤਾਈ ਵਾਲਾ ਸ਼ੇਖ ਨਾਗ ਉਹ ਜਾਣਦਾ ਹੈ। ਸੈਲਨ ਕਾਨੂੰਨ ਤੋਂ ਧਰਮ ਤੋਂ ਸੁਣਨੇ ਜੰਗਲ ਸੀ ਸੋਠਾ, ਜਿਹਨੇ ਕਹਿੰਦੇ ਪਹਾੜਾਂ ਜੰਗਲਾਂ ਨੂੰ ਲੱਦੀ ਜਿਹੜੀ ਧਰਤੀ ਆਪਣੇ ਸਿਰ 'ਤੇ ਪਰਸੂ ਫੁੱਲ ਮੰਗ ਚੁੱਕੀ ਹੋਈ ਹੈ। ਨਾਮ ਮਹਾਤਮ ਸ਼ੰਕਰ ਜਾਣ ਤਾਂ ਕੰਠ ਹਲਾ ਲੀਨ ਪਚਾਈ, ਨਾਮ ਦੇ ਮਹਾਤਮ ਸ਼ਿਵ ਜਾਣਦਾ ਜਿਹਨੇ ਗਲ ਵਿੱਚ ਜ਼ਹਿਰ ਪਚਾ ਲਈ, ਕਹਿੰਦੇ ਜਿਹੜੇ 14 ਰਤਨ ਕੱਢੇ ਜ਼ਹਿਰ ਸੀ, ਬਾਕੀ ਤਾਂ ਸਾਰਿਆਂ ਨੇ ਵੰਡ ਲਿਆ ਦਵੇ ਨੂੰ, ਕਹਿੰਦੇ ਉਹ ਸ਼ਿਵ ਜੀ ਨੇ ਫਿਰ ਗਲ 'ਚ ਧਾਰ ਲਈ ਅਤੇ ਸ਼ਿਵ ਜੀ ਦਾ ਗਲ ਨੀਲਾ ਹੋ ਗਿਆ, ਇਸ ਕਰਕੇ ਉਹਨੂੰ ਨੀਲਕੰਠ ਵੀ ਕਹਿੰਦੇ। ਕਹਿੰਦੇ ਉਹ ਨਾਮ ਦੇ ਮਹਾਤਮ ਜਾਣਦਾ ਜਿਹਨੇ ਹਲਾਲ ਜ਼ਹਿਰ ਨੂੰ ਗਲ 'ਚ ਪਚਾ ਲਿਆ। ਆਤਮ ਭੂਪਾਲ ਰਿਤ ਪਛਾਣ ਅਤੇ ਜਾਣ ਵੱਲ ਸੋ ਸਰਪੰਚ ਬਣਾ, ਕਹਿੰਦੇ ਨਾਮ ਦੇ ਮਨ ਬ੍ਰਹਮਾ ਵੀ ਚੰਗੀ ਤਰ੍ਹਾਂ ਜਾਣਦਾ, ਆਤਮ ਭੂ ਮੈਨੇ ਬ੍ਰਹਮਾ ਇਹ ਸਰੀਰ ਨੂੰ ਪਛਾਣਦਾ, ਜਾਂ ਵੱਲ ਸਰਪੰਚ ਜਿਹੜੇ ਬਲ ਦੇ ਨਾਲ ਇਹ ਸੰਸਾਰ ਨੂੰ ਪੈਦਾ ਕੀਤਾ, ਨਾਮ ਦੀ ਬਰਕਤ ਨੇ ਇਹ ਵੀ ਸਾਰਾ ਕੁਛ ਹੋ ਰਿਹਾ। ਪ੍ਰਹਿਲਾਦ ਕਵਾਦ ਤਰਲੋਚਨ ਨਾਰਦ ਤਰੂ ਸੰਕਾਦ ਜਯਦੇਵ ਸਤਨਾ, ਹੁਣ ਦੱਸਦੇ ਆ ਕਿ ਜਿਹੜਾ ਹੈਗਾ ਨਾਰਦ ਪ੍ਰਹਿਲਾਦ ਆ,
ਅਤੇ ਬਾਲਮੀਕ ਹੈ ਕਵਾਦ ਮਿਨ ਕਵੀ ਤਲੋਚਨ ਤਲੋਚਨ ਨਾਰਦ ਹੈ ਵਿਸ਼ਨੂੰ ਦਾ ਰਾਗੀ ਹੈ ਧਰੂਮ ਸਨਕਾਦ ਜਿਹੜੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆ ਜੈ ਦੇਵ ਭਗਤ ਹੈ ਅਤੇ ਧੰਨਾ ਜਿਹੜਾ ਧੰਨਾ ਆ ਅਤੇ ਸਦਨਾ ਆ ਅੰਬਰੀ ਕਬੀਰ ਪੁਰੂਰਵ ਅੰਗਰਾ ਨਾਮੇ ਬੇਬੀ ਉੱਖਣ ਕੁੰਭਜ ਮੰਨਾ ਅੰਬਰੀਕ ਰਾਜਾ ਹੋਇਆ ਹੈ ਭਗਤ ਸੀ ਕਬੀਰ ਪਰੂਰ ਵੀ ਰਾਜਾ ਵੀ ਭਗਤ ਸੀ ਅੰਗਰੇ ਰਿਸ਼ੀ ਹੋਇਆ ਹਾਂਜੀ ਅਤੇ ਨਾਮੇ ਨਾਮਦੇਵ ਬਵੀਖਣ ਰਾਵਣ ਦਾ ਛੋਟਾ ਭਰਾ ਭਗਤ ਸੀ ਕੁੰਭਜ ਅਗਸਤ ਮੁਨੀ ਜਿਹੜਾ 2.5 ਚੂੜਿਆਂ ਨਾਲ ਸਮੁੰਦਰ ਪੀ ਗਿਆ ਸੀ ਅਤੇ ਆਪਣੇ ਮੰਨਾ ਹਾਂਜੀ ਇਹ ਮੰਨੇ ਹੋਏ ਮੰਨੇ ਆ ਅਤੇ ਬੜਬੜੇ ਮਹਾਂਪੁਰਖ ਹੋਏ ਰਵਿਦਾਸ ਅਜਾਮਤ ਪੂਦ ਪੁਰੂ ਹਨੂਮਨ ਹੀਰਣੀ ਪੀ ਧੰਨ ਧੰਨ ਰਵਿਦਾਸ ਅਤੇ ਅਜਾਮਤ ਪੂਦ ਅਤੇ ਕਰੂਰ ਅਕਰੂਰ ਹਨੂਮੰਤ ਹਨੂਮਾਨ ਹੀਰਣੀ ਧੰਨ 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 ਜਿਹੜਾ ਵੀ ਧੰਨਤਾ ਯੋਗ ਹੋ ਗਿਆ ਯੁਗ ਚਾਰ ਵੇਖੇ ਜਨ ਜੋ ਜਨਮੇ ਜਿਨ ਹੂੰ ਕਿਨ ਨਾਮ ਹੂੰ ਅਤੇ ਭਰਮ ਪੰਨ ਅਤੇ ਕਹਿੰਦੇ ਚਾਰੇ ਯੁਗਾਂ ਦੇ ਵਿੱਚ ਹਾਂਜੀ ਉੱਤਮ ਪੁਰਖ ਜਨਮੇ ਆ ਜਿਸ ਕਿਸੇ ਦਾ ਨਾਮ ਦੇਈਏ ਹਾਂਜੀ ਉਹਨਾਂ ਦਾ ਜਿਹੜਾ ਭਰਮ ਸੀ ਨਾ ਉਹ ਨਾਮ ਦੇ ਨਾਲ ਭੰਨਾਂ ਦੇ ਨੇ ਭੱਜਿਆ ਆ ਨਾਮ ਜਪ ਕੇ ਭਰਮ ਤੋਂ ਰਹਿਤ ਹੋਏ ਆ ਕਵਿਤ ਬਾਣੀ ਸ਼ਬ ਬਣੀ ਆ ਵਿਸ਼ੇਸ਼ ਤਨ ਸੰਗ ਰੰਗ ਹੁਣ ਆਪਣੇ ਕਵੀ ਜੀ ਇਹ ਬਾਣੀ ਦੀ ਮਹਿਮਾ ਬਣੀ ਬਾਣੀ ਰਸਤੀ ਸਾਰ ਦਾ ਉਹਦਾ ਰੰਗ ਜਿਹੜਾ ਬੜਾ ਉੱਜਲ ਹੈ ਵਿਸ਼ੇਸ਼ ਤਨ ਸੰਗ ਰੰਗ ਬਣੀ ਮੈਨੂੰ ਬਣ ਬਣ ਪੈਰੀ ਕਵੀ ਹੋਈ ਬਣੀ ਨ ਬੰਨੀ ਨਾਮ ਆਗਦਾ ਬਾਣੀ ਸ਼ਬ ਬਣੀ ਰਸਤੀ ਦੇ ਅੰਗਾਂ ਦੀ ਅਗਵਾਰੀ ਸੁੰਦਰਤਾ ਇਹ ਵੀ ਅਰਥ ਕਰਦੇ ਆ ਮਹਾਂਪੁਰਖ ਔਰ ਸ਼ੇਸ਼ ਸ਼੍ਰੇਸ਼ ਨਾਥ ਤਨ ਸੰਗ ਰੰਗ ਉਹਨਾਂ ਦੇ ਸੰਗ ਨਾਲ ਸੰਗ ਦਾ ਅਰਥ ਮਤਲਬ ਕਿ ਭਗਤੀ ਸ਼ੇਸ਼ ਦੇ ਤਨ ਦਾ ਭਗਤੀ ਵਾਲਾ ਰੰਗ ਹੈ ਗੰਗ ਤਰੰਗ ਸੁੱਖ ਤੰਗ ਕੁੱਖ ਕੰਗ ਇਹ ਗੰਗਾ ਦੀਆਂ ਜਿਹੜੀਆਂ ਤਰੰਗ ਲਹਿਰਾਂ ਪਤੰਗ ਕੁੱਖ ਕੰਗ ਔਰ ਗੰਗ ਦੇ ਤਰੰਗ ਗੰਗਾ ਦੇ ਤਰੰਗ ਪਾਰਵਤੀ ਵਰਗੇ ਸੁੰਦਰ ਹੈ ਪਤੰਗ ਮੈਨੂੰ ਸੂਰਜ ਕਕਾਨ ਮੈਨੂੰ ਘੋੜਾ ਜਿਵੇਂ ਸੂਰਜ ਦੇ ਘੋੜੇ ਦਾ ਰੰਗ ਵੀ ਸਫੈਦ ਆ ਅਤੇ ਗੰਗਾ ਦਾ ਜਲ ਵੀ ਉਜਲ ਹੈ ਦੰਬੋਧਰ ਰਦਨ ਕਿਨੋ ਤਨਕ ਮਦਨ ਚਿਨੋ ਦੰਬੋਧਰ ਰਦਨ ਕਿਨੋ ਦੰਬੋਧਰ ਕੌਣ ਹੈ ਲੰਬੇ ਢਿੱਡ ਵਾਲਾ ਗਣੇਸ਼ ਰਦਨ ਮੈਨੂੰ ਦੰਦ ਉਹਦਾ ਦੰਦ ਵੀ ਚਿੱਟਾ ਆ ਤਨਕ ਮਦਨ ਛੀਨੋ ਔਰ ਮਦਨ ਜਿਹੜਾ ਕਾਮਦੇਵ ਹੈ ਰਦਨ ਨਾਮ ਦੰਦ ਦਾ ਜਿਹੜਾ ਚਿੱਟਾ ਹੈ ਅਤੇ ਆਪਣੇ ਤਨਕ ਮਦਨ ਛੀਨੋ ਜਿਹੜਾ ਕਾਮਦੇਵ ਹੈ ਉਹਦਾ ਜਿਹੜਾ ਧਨ ਛੀਨੋ ਮੈਨੂੰ ਜਾਣ ਲਓ ਉਹਦਾ ਜਿਹੜਾ ਧਨਸ਼ ਹੈ ਉਸ ਨੂੰ ਛੀਨੋ ਮੈਨੂੰ ਜਾਣੋ ਉਹਦਾ ਜਿਹੜਾ ਧਨਸ਼ ਹੈ ਕਿਉਂਕਿ ਕਾਮਦੇਵ ਦਾ ਧਨਕ ਦੇਖੋ ਉਹ ਫੁੱਲਾਂ ਦਾ ਲਕਸ਼ਮੀ ਦਾ ਘਰ ਕਮਲ ਬ੍ਰਹਮਾ ਦਾ ਜਿਹੜਾ ਪਾਵਨ ਹੰਸ਼ ਹੈ ਸ਼੍ਰੀਆ ਕੁਸ਼ਲ ਸ਼੍ਰੀਆ ਮੈਨੂੰ ਲਕਸ਼ਮੀ ਦਾ ਜਿਹੜਾ ਸਦਨ ਇਸ ਵਾਸਤੇ ਸ਼੍ਰੀਆ ਕੁਸ਼ਲ ਲਕਸ਼ਮੀ ਦਾ ਘਰ ਕਿਉਂ ਬਦਨ ਕੋ ਜਾਣ ਕਿਉਂ ਬਦਨ ਵਾਲਾ ਵਾਲਾ ਜਿਹੜਾ ਬ੍ਰਹਮਾ ਹੈ ਸ਼੍ਰੀ ਆ ਲਕਸ਼ਮੀ ਦਾ ਘਰ ਲਕਸ਼ਮੀ ਦਾ ਨਿਵਾਸ ਕਬਲ ਵਿੱਚ ਇਸ ਵਾਸਤੇ ਚਾਂਬਨ ਵਾਲਾ ਜਿਹੜਾ ਬ੍ਰਹਮਾ ਹੈ ਕਰਨਨ ਦਾਨ ਸ੍ਰਿਗ ਜੋਨ ਚੀਨੀ ਜਾਨ ਕਰਨਨ ਦਾਨ ਕਿਰਪਾ ਦੇ ਖਜ਼ਾਨੇ ਦਾ ਜਾਂ ਸਮੁੰਦਰ ਪਾਣੀ ਦੀ ਸ੍ਰਿਗ ਨਾਮ ਹੈ ਮਾਲਾ ਕਹਿ ਦਿਓ ਫੇਰਾ ਸਾਹਿਬ ਜੋਨ ਮੈਨੂੰ ਚਾਹੁੰਦੇ ਗਿਆਨ ਜਿਹੜੀ ਸਵਾਰੀ ਹੈ ਹਰਨ ਦੀ ਸਵਾਰੀ ਕਰਨ ਵਾਲਾ ਕੌਣ ਆ ਚੰਦਰਮਾ
ਜਾਨ ਮੈਨੂੰ ਚੰਦਰਮਾ ਕਿਵੇਂ ਜਾਨ ਮਰਗ ਮੇਰਾ ਚੰਦਰਮਾ ਆ ਉਹ ਹਰਨ ਦੀ ਸਵਾਰੀ ਕਰ ਵਿਸ਼ਨੂੰ ਦੀ ਮਾਲਾ ਚੰਦਰਮਾ ਦੀ ਚਾਂਦਨੀ ਚਿੱਟੀ ਹੈ ਕੀਤੀ ਹੈ ਸ਼ਿਵ ਨੇ ਜਿਹੜੀ ਸਵਾਹ ਕੀਤੀ ਹੈ ਗਣੇਸ਼ ਦਾ ਦੰਦ ਵੀ ਚਿੱਟਾ ਕੀਤਾ ਹੈ ਕਾਮਦੇਵ ਦਾ ਤੰਗ ਸਿਰਫ ਫੁੱਲਾਂ ਦਾ ਵੀ ਚਿੱਟੇ ਫੁੱਲਾਂ ਦਾ ਲਕਸ਼ਮੀ ਦਾ ਘਰ ਕੰਬਲ ਚਿੱਟਾ ਬ੍ਰਹਮਾ ਜਿਹੜਾ ਬਾਣ ਹੰਸ ਵੀ ਚਿੱਟਾ ਵਿਸ਼ਨੂੰ ਦੀ ਮਾਲਾ ਚੰਦਰਮਾ ਦੀ ਚਾਂਦਨੀ ਚਿੱਟੀ ਕੀਤੀ ਹੈ ਸ਼ਿਵ ਦੀ ਜਿਹੜੀ ਸਵਾਹ ਕਬੂਤੀ ਵੀ ਚਿੱਟੀ ਹੈ ਦੇਵਤਿਆਂ ਦੇ ਪੀਣ ਯੋਗ ਜਿਹੜਾ ਅੰਮ੍ਰਿਤ ਆ ਜੌਨ ਕਿੰਨੀ ਜਾਨ ਮ੍ਰਿਗ ਭਾਸ਼ਣ ਤੋਂ ਕਿਵੇਂ ਮ੍ਰਿਗ ਤਿੰਨ ਨੇਤਰਾਂ ਵਾਲਾ ਪਾਉਣ ਸ਼ਿਵ ਜੀ ਚੌਦਾਂ ਸੁਰੇ ਪਾਉਣ ਚੌਦਾਂ ਮੈਨੇ ਅੰਮ੍ਰਿਤ ਜਿਹਨੂੰ ਦੇਵਤੇ ਪਾਨ ਕਰਦੇ ਆ ਜਿਹੜਾ ਦੇਵਤਿਆਂ ਦੇ ਪੀਣ ਯੋਗ ਜਿਹਨੂੰ ਦੇਵਤੇ ਵੀ ਪੀਂਦੇ ਆ ਮਨ ਕਿਨੂੰ ਮੁਨੀ ਸਦੋ ਗੁਣ ਛੀਨ ਮੈਨੂੰ ਗੁਣ ਨਾਮ ਕੋਲ ਸੁਜਾਸ ਅਤੇ ਇਹ ਸਭਿਆ ਸੁਭਾਵ ਮਨ ਕਿਨੂੰ ਮੁਨੀ ਜਿਵੇਂ ਮਨ ਨੂੰ ਕੀਤਾ ਮੁਨੀ ਲੋਕ ਜਿਹੜੇ ਮਹਾਤਮਾ ਚਿੱਟਾ ਕਰ ਲਿਆ ਨਾ ਮੈਂ ਪਹਿਲਾਂ ਤਮੋ ਗੁਣ ਰਜੋ ਗੁਣ ਅਤੇ ਸਤੋ ਗੁਣ ਅਤੇ ਦੁਰੀਆ ਬਚਦਾ ਮਨ ਕਿਨੂੰ ਮੁਨੀ ਸਤੋ ਗੁਣ ਮਨ ਨੂੰ ਜਿਵੇਂ ਮੁਨੀਆਂ ਨੂੰ ਕੀਤਾ ਸਤੋ ਗੁਣ ਅਤੇ ਸਦਗੁਣ ਅੱਗੇ ਸਦੋ ਗੁਣ ਛੀਨ ਲੈਣੀ ਜਿਵੇਂ ਗੁਣੀਆਂ ਨੇ ਸਤੋ ਨੂੰ ਪਛਾਣ ਲਿਆ ਤਿੰਨਾਂ ਗੁਣਾਂ ਵਿਚਾਰ ਕਰਨ ਵਾਲਾ ਜਿਹੜਾ ਹੋਵੇ ਉਹ ਗੁਣੀ ਤ੍ਰੇਸ ਪਵਿੱਤਰ ਗੁਣ ਵਾਲੇ ਸਾਰੇ ਉੱਜਲ ਹੁੰਦੇ ਕਿਉਂਕਿ ਵਿਚਾਰ ਵਿਵੇਕ ਨਾ ਗੁਣ ਲਈਏ ਪਛਾਣ ਲਈਏ ਗੁਣ ਅੱਖ ਕੀ ਹੈ ਸਤੋ ਗੁਣ ਤਿੰਨਾਂ ਗੁਣਾਂ ਦਾ ਅਖੀਰ ਦਾ ਸਤਗੁਣ ਸਤਗੁਣ ਕੀ ਹੈ ਨੇਕੀ ਆ ਗਿਆਨ ਆ ਸੱਚ ਨੂੰ ਧਾਰਨਾ ਨੇਕ ਧਰਨੀ ਪਵਿੱਤਰ ਹੋ ਗਿਆਨ ਦਾ ਪ੍ਰੇਮੀ ਬਣਾਉਂਦਾ ਛੀਨ ਦਿਨ ਨੂੰ ਮੈਨੇ ਪਛਾਣ ਲਿਆ ਹੈ ਗੁਣੀਆ ਨਾਮ ਕਿਸੇ ਆਖੇ ਸਦੇ ਤੋਂ ਔਰ ਨਾਮ ਅਤੇ ਸਰੀਰ ਜਸ ਕਰਨੇ ਕਰਕੇ ਇਹ ਸਾਰੇ ਸੋਭਾ ਵਾਲੇ ਹੁੰਦੇ ਆ ਗੁਣੀਆਂ ਨੇ ਆਪਣੇ ਮਨ ਨੂੰ ਸਤੋਗੁਣੀ ਕਰ ਲਿਆ ਭਾਵ ਕੀ ਚਿੱਟਾ ਕਰ ਲਿਆ ਸਤੋਗੁਣ ਚਿੱਟਾ ਗੁਣੀਆਂ ਨੇ ਪਛਾਣ ਲਿਆ ਪਵਿੱਤਰ ਤਾਤ ਸੁਧ ਮਾਤ ਹਿਚੂ ਸੋਦਰ ਸੋਦਰੀ ਸੁਬੋਧ ਮੈਂ ਕੁਸ਼ੋਦਰੀ ਸੋ ਗਾਢ ਲਗਦਾ ਹੋਇਆ ਤਾਤ ਮੈਨੇ ਕਿਹਾ ਸੋਤ ਪੁੱਤਰ ਕਿ ਤੂੰ ਹੈ ਤਾਲੇ ਮਿੱਤਰ ਸੋਦਰ ਜਿਹੜੇ ਭਰਾ ਸੋਦਰੀ ਭੈਣ ਜਿਹੜੀ ਇੱਕ ਪੇੜ ਤੋਂ ਪੈਦਾ ਹੋਣਾ ਸੁਬੋਧ ਮੈਂ ਕੁਸ਼ੋਦਰੀ ਸੋ ਗਾਢ ਲਗਦਾ ਹੋਇਆ ਪਿਤਾ ਪੁੱਤਰ ਮਾਤਾ ਮਿੱਤਰ ਭਰਾ ਭੈਣ ਇਸਤਰੀ ਕਿਵੇਂ ਆਨੰਦ ਨਾਏ ਜੀਵ ਜਿਹੜਾ ਕਿਵੇਂ ਲਪਟ ਰਿਹਾ ਚਿੰਬੜਿਆ ਹੋਇਆ ਬੋਧ ਵਿੱਚ ਫਸਿਆ ਹੋਇਆ ਸੋ ਮੋਧ ਮੈਂ ਬੜੇ ਮੋਧ ਖੁਸ਼ੀ ਨੂੰ ਕੁਸ਼ੋਦਰੀ ਸੋ ਕੱਢ ਗਾਢੋ ਰੰਗਾ ਹੋਇਆ ਕੁਸ਼ੋਦਰੀ ਮੈਨੇ ਕ੍ਰਿਸ਼ ਕੁਦਰ ਦੀ ਪਤਲ ਭਾਵ ਜਿਹੜੀ ਬਹੁਤੀ ਹੈ ਕੁਸ਼ੋਦਰੀ ਮੈਨੇ ਜਿਹੜੀ ਇਸਤਰੀ ਅਤੇ ਅੱਜ ਨੇ ਪ੍ਰਵੇਸ਼ 'ਤੇ ਗਿਣੇ ਆ ਬੜਾ ਮੋਦ ਵਧਾ ਕੇ ਕੋਈ ਵਧਾ ਕੇ ਇਹਨਾਂ ਦੇ ਮੋਹ 'ਚ ਚਿੰਬੜਿਆ ਹੋਇਆ ਮਤ ਕੇ ਮਤਾਂ ਮਤ ਜੇ ਮਤੰਗ ਜੋ ਵੀ ਚੰਜਲ ਤੁਰੰਗ ਬਿਰੰਗ ਪਨੀ ਚਿਤਰੰਗਨੀ ਸੂਰਦਾ ਵਲਸਾਇਆ ਫਿਰ ਜਿਹੜੀ ਮਤ ਆ ਮਤੰਗ ਹਾਥੀ ਨੂੰ ਮਸਤ ਆ ਔਰ ਜੋ ਵੀ ਕਈ ਜਗ੍ਹਾ ਜੋ ਵੀ ਪਾਠੀ ਹੋਇਆ ਜੋ ਵੀ ਮੈਨੂੰ ਉਹਦਾ ਚਾਰ ਮਤ ਜੇ ਮਤੰਗ ਜੋ ਵੀ ਮੈਨੂੰ ਮਸ ਚਾਲ ਚੱਲਣ ਵਾਲੇ ਜਿਹੜੇ ਹੱਥ ਸੀਗਾ ਚਾਂਚਲ ਤਰੰਗ ਬਹੁਤ ਜਿਹੜੇ ਚਾਂਚਲ ਚਾਲ ਚੱਲਣ ਵਾਲੇ ਘੋੜੇ ਅਨੀ ਚਤਰੰਗੀ ਸੁਰਿਆ ਅਨੀ ਮੈਨੇ ਫੌਜ ਚਤਰੰਗਣੀ ਚਾਰ ਤਰ੍ਹਾਂ ਦੀ ਹਾਥੀਆਂ ਦੀ ਘੋੜਿਆਂ ਦੀ ਪੈਦਲ ਅਤੇ ਰਥਾਂ ਅੱਜ ਕੱਲ੍ਹ ਹੋ ਗਈ ਆ ਤੋਪਖਾਨਾ ਹੋ ਗਿਆ ਹਵਾਈ ਸੈਨਾ ਹੋ ਗਈ ਸਮੁੰਦਰੀ ਹੋ ਗਈ ਅਤੇ ਪੈਦਲ ਹੋ ਗਈ ਅੱਜ ਇਹ ਬਣੇ ਅੱਜ ਵੀ ਉਹ ਕੋਈ ਬੜਾ ਬਦਲ ਗਿਆ ਚਤਰੰਗਣੀ ਸੈਨਾ ਜਿਲ ਦਾ ਬੜਾ ਖੁਸ਼ ਹੋਇਆ ਮੇਰੇ ਨਾਲ ਤਾਂ ਚਾਰ ਤਰ੍ਹਾਂ ਦੀ ਸੈਨਾ ਜਾ ਰਹੀ ਹੈ ਪੈਦਲ ਆ ਸਵਾਰੀ ਆ ਹਾਥੀ ਆ ਰੱਥ ਆ ਘੋੜੇ ਆ ਆਥ ਨਿਤ ਹਾਥ ਚਾਹੇ ਜਨਮ ਅਕਾਥ ਖੋਦ ਹੱਥ ਵਿੱਚ ਹਮੇਸ਼ਾ ਆਥ ਮਾਇਆ ਨਹੀਂ ਚਾਹੁੰਦਾ ਜਨਮ ਅਕਾਰ ਖੋਦ ਗੁਆਰਿਆ ਅੰਤ ਬਣੇ ਸਾਧ ਮਨ ਜਾਂ ਕੋ ਡਾਇ ਅੰਤ ਨੂੰ ਇਹਨਾਂ ਚੀਜ਼ਾਂ ਦੀ ਕੋਈ ਨਾਲ ਨਹੀਂ ਜਾਂਦੀਆਂ ਜਿਨ੍ਹਾਂ 'ਚ ਮਨ ਨੂੰ ਡਹਿਕਾਇਆ ਹੋਇਆ ਭਰਮਾਇਆ ਹੋਇਆ
ਇਹਨਾਂ 'ਚੋਂ ਕੋਈ ਚੀਜ਼ ਵੀ ਜਿਹੜੀ ਹੈ ਉਹ ਨਾਲ ਜਾਣ ਵਾਲੀ ਹੈ ਨਹੀਂ, ਪਰ ਉਹਦੇ ਵਿੱਚ ਜਿਵੇਂ ਦਿਨ ਰਾਤ ਛਲਿਆ ਹੋਇਆ, ਇਹਨਾਂ ਛਲਾਂ ਧੋਖਿਆਂ 'ਚ ਫਸਿਆ ਹੋਇਆ। ਕੂੜ ਹੈ ਰੇ ਕੂੜ ਹੈ ਰੇ ਕੂੜ ਮਨ ਮੂੜ ਲੱਗ ਨਾਮ ਰੂੜ। ਠੀਕ ਹੈ, ਝੂਠਾ ਆ ਝੂਠਾ ਆ ਕਿ ਮੂਰਖ ਮਨਾ ਜਿਹੜਾ ਸੁੰਦਰ ਰੂੜ ਮੈਨੂੰ ਸੁੰਦਰ ਮਾਮੂ ਜਪਣ 'ਚ ਲੱਗ ਜਾ। ਸੱਚੋ ਕੋ ਬਣਾਇਓ ਤਾਂ ਦੇ ਸੱਚੋ ਸੋ ਸੁਹਾਇਓ, ਇਹ ਸੱਚੇ ਨੇ ਬਣਾਇਆ ਕਿਉਂਕਿ ਸੱਚੇ ਵਾਹਿਗੁਰੂ ਨੇ ਬਣਾਇਆ ਉਹਨੂੰ ਸੱਚੇ ਦੇ ਸੋਹਣੇ ਨਾਮ ਨਾਲ ਲੱਗ ਜਾ, ਅਤੇ ਸਾਰਾ ਬਣਾਉਣ ਵਾਲਾ ਉਹ ਹੀ ਸਵੇਤ ਬਾਜੀਗਰ ਜੈਸੇ ਬਾਜੀ ਮਾਇਆ ਕੀ ਫਨਾਤ ਸਾਜੀ। ਬਾਜੀਗਰ ਜਿਵੇਂ ਬਾਜੀ ਵਰਗੀ ਮਾਇਆ ਹੁੰਦੀ ਨਾ, ਉਹ ਫਨਾਤ ਸਾਜੀ ਹੈ। ਕੋਈ ਐਸੀ ਝੂਠੀ ਰਚਨਾ ਬਣਾਈ ਹੋਈ ਪ੍ਰਪੰਚ ਦੀ, ਭਾਜੀ ਸੋ ਭਾਜੀ ਲੱਗ ਤਾਂ ਸ਼ੁਕਰ ਮਾਇਓ ਭਾਜੀ ਮੈਨੂੰ ਝੂਠੀ। ਇਸ ਵਾਸਤੇ ਬਾਜੀ ਹੁੰਦੀ ਹੈ ਝੂਠੀ ਰਚਨਾ ਜਿਹੜੀ ਹੁੰਦੀ ਹੈ, ਬਾਜੀਗਰ ਮਦਾਰੀ ਹੁੰਦਾ, ਉਹ ਨਜ਼ਰਬੰਦੀ ਜਾਂ ਤਮਾਸ਼ੇ ਕਰਨ ਵਾਲਾ ਹੁੰਦਾ ਬਾਜੀਗਰ। ਕਨਾਤ ਹੁੰਦਾ ਮੋਟੇ ਕੱਪੜੇ ਦਾ ਪੜਦਾ, ਉਹ ਮਦਾਰੀ ਜਿਹੜੇ ਜਿਹੜੇ ਤਮਾਸ਼ਾ ਕਰਦੇ ਨਾ ਪੜਦਾ ਜਿਹਾ ਲਾ ਲੈਂਦੇ। ਮਾਇਆ ਦੀ ਕਨਾਤ ਰੱਬ ਨੇ ਵੀ ਤਾਣੀ, ਜਿਵੇਂ ਬਾਜੀਗਰ ਦੀ ਮਾਇਆ ਉਹ ਛਲਣ ਵਾਸਤੇ ਕਨਾਤ ਹੁੰਦੀ ਨਾ, ਇਸ ਤਰ੍ਹਾਂ ਰੱਬ ਨੇ ਵੀ ਆਪਣੀ ਮਾਇਆ ਦੀ ਕਨਾਤ ਜਿਹੜੀ ਲਾਈ ਬਾਜੀ ਬਣਾਈ। ਬਾਜੀ ਹੁੰਦਾ ਮਲਮਾ, ਜਿਹੜੀ ਅਸਲ ਨਾ ਹੋਵੇ ਬਨੌਟੀ ਹੋਵੇ ਝੂਠਾ ਹੋਵੇ, ਔਰ ਭਾਜੀ ਜਿਹੜਾ ਭਾਜੀ ਨਾ ਹੋਵੇ ਬਨੌਟੀ ਨਾ ਹੋਵੇ ਅਸਲੀ ਹੋਵੇ। ਪਰ ਇਹ ਕਹਿੰਦੇ ਆ ਅਸਲ ਨੂੰ ਛੱਡ ਕੇ ਜਿਹੜੀ ਨਕਲ ਹੈ, ਜੇ ਤਾਂ ਅਸਲ ਨੂੰ ਲੱਗ ਜਾਣ ਲੈ ਅਤੇ ਜਿਹੜੀ ਨਕਲ ਆ ਫਿਰ ਉਹ 'ਚ ਭਰਮਾਉਂਦਾ, ਪਰ ਅਸਲ ਨੂੰ ਛੱਡ ਕੇ ਝੂਠੀਆਂ ਚੀਜ਼ਾਂ ਦੇ ਵਿੱਚ ਬਨਾਵਟ ਜਿਹੜੀ ਅਸਲੀ ਲਾ ਕੇ ਝੂਠੀ ਨੂੰ ਅਸਲੀ ਜਾਣ ਕੇ ਉਹਦੇ 'ਚ ਭਰਮ 'ਚ ਫਸ ਗਿਆ। ਸੁਪਨੇ ਪਦਾਰਥ ਸਵਾਰਥ ਮੈਂ ਰਚਿਓ ਸੰਚੈ ਸੰਚ ਸੰਚ ਜਾਗੇ ਅਤੇ ਹੋਰ ਪਛਤਾਇਓ। ਇਹ ਸੁਪਨੇ ਦੇ ਜਿਹੜੇ ਪਦਾਰਥ ਆ, ਸੁਪਨੇ ਦੇ ਜਿਹੜੇ ਪਦਾਰਥ ਹਨ ਉਹ ਰੱਜ ਕੇ ਇਕੱਠੇ ਕਰੀ ਜਾਂਦਾ, ਅਤੇ ਇਕੱਠੇ ਕਰਕੇ ਜਦੋਂ ਜਾਗਦਾ ਪਛਤਾਉਂਦਾ ਵੀ ਉਹਨੂੰ ਕੁਛ ਵੀ ਨਹੀਂ ਐਵੇਂ ਸੀ। ਹੈਂ, ਇਹੋ ਜਿਹਾ ਪੜ੍ਹਾਉਂਦਾ ਉਹਨੇ ਨਾ ਜਿਵੇਂ ਟੁੱਲੀ ਜਾਂਦਾ ਮਿੰਟ ਮਿੰਟ ਬਾਅਦ, ਨਿਆਣੇ ਜਿਹੜੇ ਤੈਨੂੰ ਉਹ ਵੀ ਦੇਖ ਕੇ ਹੱਸਦੇ ਹੋਣ ਮਾਸਟਰ ਜੀ ਕੀ ਕਰ ਰਹੇ ਆ, ਹੈਂ ਇਹ ਸਤਿਕਾਰ ਪਿਆਰ ਕਿਵੇਂ ਬਣੂਗਾ ਉਹਨੇ ਬੱਚੇ ਜਾਂ ਤੂੰ ਆਪੇ ਹੀ ਹੈ। ਇਹ ਮਾਸਟਰ ਜੀ ਇਹਨਾਂ ਦਲਿੱਦਰ ਆਲਸੀ ਆ, ਉਹ ਬੱਚੇ ਕਿਵੇਂ ਹੋਣਗੇ। ਇਸ ਵਾਸਤੇ ਉਹ ਸੰਤਾਂ ਦੇ ਸਗਾ ਨਾ ਕੋਲ ਆਇਆ ਰਾਜਾ, ਕਹਿੰਦਾ ਮੇਰੇ ਲੜਕੇ ਨੂੰ ਵਧੀਆ ਸਿਖਾਓ। ਉਹ ਕਹਿੰਦੇ ਮਾਰੇ ਰਹਿਣ ਦਿਓ, ਕਈ ਵਾਰੀ ਪੂਰਨਾ ਕੱਪਣਾ ਕੁੱਟਣਾ ਵੀ ਪੈਂਦਾ, ਅਤੇ ਗੁੱਸਾ ਕਰੋਗੇ ਤੁਸੀਂ ਰਾਜੇ ਮੈਂ ਗਰੀਬ ਬੰਦਾ। ਕਹਿੰਦੇ ਨਹੀਂ, ਉਹ ਕਹਿੰਦਾ ਕਹਿੰਦੇ ਕਾਕਾ ਮੈਂ ਤੇਰੇ ਨਾ ਸੋਟੀ ਮਾਰਿਆ ਕਰਨੀ, ਇਹ ਨਹੀਂ ਪਤਾ ਕਿੱਥੇ ਕਿਹ ਦੇਖਦਾ। ਉਹ ਸੰਤਾਂ ਨੇ ਕਦੀ ਗਿੱਟੇ ਦੇ, ਕਦੀ ਗੁੱਟ ਦੇ, ਕਦੀ ਫੁੜਫੁੜੀ, ਕਦੀ ਪਿੱਠ ਦੇ ਮੋਹਰਾਂ 'ਤੇ, ਉਹ ਇੰਨਾ ਸਾਵਧਾਨ ਹੋਣ ਲੱਗ ਪਿਆ ਫਿਰ ਸੋਟੀ ਨਾ ਖਾਵੇ ਕੁੱਤੇ ਜਾਗਦੇ, ਅਤੇ ਸੁੱਤਾ ਵੀ ਬੜਾ ਜਾਣੀ ਗਿਆਨ ਨਾ ਜਾਗੇ ਪਿਆ, ਇਹਨੇ ਐਵੇਂ ਪਕਵਾਨੋਂ ਪਿਆ ਰਿਹਾ ਪਰਾੜੀ ਮਾਰੀ ਗਿਆ। ਕਹਿੰਦੇ ਆ ਜਾ ਹੁਣ ਤੂੰ ਵਿੱਦਿਆ ਸਿੱਖਣ ਦੇ ਕਾਬਲ ਬਣ, ਇੰਨੇ ਸੁਚੇਤ ਹੋ ਗਏ ਅਤੇ ਵਿੱਦਿਆ ਸਿੱਖੀ, ਅਤੇ ਜਿਹੜੀ ਸ਼ਾਸਤਰ ਵਿੱਦਿਆ ਉਹ ਤਾਂ ਫਿਰ ਹੋਰ ਵੀ ਹੈ, ਮਾੜੀ ਜਿਹੀ ਆਲਸਾਈ ਤਾਂ ਦੁਸ਼ਮਣ ਉਦੋਂ ਕੋਕਾ ਚਤ ਕਰਦੇ, ਤਾਂ ਫਿਰ ਬਹੁਤ ਕਾਬਲ ਰਹਿਣਾ ਪੈਂਦਾ। ਜਦੋਂ ਕੋਈ ਮਿੰਟ ਮਿੰਟ ਬਾਅਦ ਡੁੱਲੀ ਜਾਂਦੇ ਹਾਂ ਤਾਂ ਦੱਸੋ ਤੁਸੀਂ ਕੀ ਪੜ੍ਹਨਾ, ਜਿਹੜਾ ਅੱਖਰ ਮੈਂ ਬੋਲ ਗਿਆ ਤੁਹਾਡੇ ਅੰਦਰ ਗਿਆ ਨਹੀਂ, ਉਹ ਰਹਿ ਗਿਆ ਬਾਹਰ ਦੀ ਵਾਰੀ ਕਿ ਨਹੀਂ ਠੀਕ ਹੈ ਕਿ ਨਹੀਂ। ਇਹ ਵੀ ਆ ਬਲੈਤੀ ਇਹਦੀ ਕਮਜ਼ੋਰੀ ਕਰਕੇ ਆਪਾਂ ਦੁਬਾਰਾ ਲੱਗ ਪਏ ਔਰ ਗਾਰਡਨ ਸਹੀ ਨਹੀਂ ਕਰਦਾ ਰਿਹਾ, ਇਹ ਵੀ ਘੁੱਗੂ ਬੈਠਾ ਰਿਹਾ, ਇਹ ਵੀ ਧਿਆਨ ਨਹੀਂ ਦਿੰਦਾ ਰਿਹਾ। ਹੈਂ, ਜਿਹੜਾ ਕੰਮ ਕਰਦੇ ਹਾਂ ਇੱਕ ਵਾਰੀ ਕਰੀਏ ਦੂਜੀ ਵਾਰੀ ਕਰਨਾ ਨਾ ਪਏ, ਪਰ ਨਹੀਂ ਇਹਦੇ ਧਿਆਨ ਨਹੀਂ ਦਿੰਦੇ। ਇਸ ਵਾਸਤੇ ਜੀ ਵਿਦਿਆ ਜਾਂ ਭਜਨ ਬਾਣੀ ਕਰਨਾ ਕੋਈ ਵੀ ਕੰਮ ਹੈ ਉਹਦੇ ਸੁਚੇਤ ਸਾਵਧਾਨ ਹੋ ਕੇ ਗੱਲਾਂ ਬਣਦੀਆਂ, ਇਉਂ ਨਹੀਂ। ਸਾਂਝ ਜਾਗੇ ਤਾਂ ਬਹੁਤ ਪਿੱਛਾ ਹੋ, ਇਕੱਠੇ ਕਰੀਆ ਇਕੱਠੇ ਕਰੀਆ ਜਦੋਂ ਜਾਗਦਾ ਉਹ ਪਛਤਾਉਂਦਾ। ਸੁਪਨੇ ਦਾ ਸਵਾਰਥ ਮੈਂ ਰਚਿਓ ਸੰਦਰ, ਉਹ ਸੁਪਨੇ ਦੇ ਪਦਾਰਥ ਉਹ ਸਵਾਰਥ ਦੇ ਵਿੱਚ ਰਚਿਓ ਸੰਦਰ, ਸਵਾਰਥ ਮੈਨੇ ਆਪਣੇ ਮਾਤਰ ਦੇ ਰਚਿਆ ਹੋਇਆ ਸੀ, ਰਚਿਓ ਮੈਨੇ ਰਚ ਕੇ ਸੱਚ ਤੋਂ ਹੋ ਕੇ
ਸਵਾਸ ਲੈ ਸੁਹਣੇ ਪਦਾਰਥ ਨੂੰ ਇਕੱਠੇ ਕਰੀ ਜਾਂਦਾ ਇਹ, ਇਕੱਠੇ ਕਰਕੇ ਜਦੋਂ ਜਾਗਦਾ ਤਾਂ ਹੁੰਦਾ ਕੁਛ ਵੀ ਨਹੀਂ, ਇਹ ਪਛਤਾਉਂਦਾ ਹੈ। ਸਕਤਾ ਰਜ ਸੁਕਤਾ ਰਜ ਤਿਮ੍ਰਿਗ ਤ੍ਰਿਸ਼ਨਾ ਵੀ ਨਹੀਂ ਰਿਸ਼, ਜਿਵੇਂ ਸ਼ੁਕਤਾ ਸਿੱਪੀ ਵਿੱਚ ਰਜ ਚਾਂਦੀ ਦੇਖ ਰਿਹਾ, ਬਿਰਗ ਤ੍ਰਿਸ਼ਨਾ ਰੇਤਾ ਚਾਹੁੰਦਾ ਉਹ ਪਾਣੀ ਲਾਈਦਾ ਕਰੇ, ਰਜੂ ਮੈਂ ਸਰਬਰਸੀ ਸੱਪ ਦਾ ਭੁਲੇਖਾ ਆਦਿਕ ਅੰਤ ਉਹਨਾਂ ਪਾਇਓ। ਇਸ ਵਾਸਤੇ ਕਹਿੰਦੇ ਅੰਤ ਮੁੰਡ ਦੇ ਮੁੱਕਣ ਦੇ ਕਦੇ ਵੀ ਆਦ ਤੁਸੀਂ ਭਰਮ ਕਹਿੰਦਾ ਪਰ ਅੰਤ ਨਹੀਂ ਤੋਂ ਨਿਕਲਦਾ ਕੁਛ ਨਹੀਂ, ਰਸੀ ਨੇਰੇ ਕਹੂ ਕਹਿੰਦਾ ਸੱਪ ਆ, ਸੱਪ ਵੀ ਨਹੀਂ ਨਿਕਲਦਾ ਹੱਪ ਕਹੂਗਾ ਚੱਲਦਾ, ਇਹ ਬੈਠ ਦੇਖਿਆ ਉਹ ਕਹਿੰਦਾ ਉਹ ਰਸੀ ਸੀ, ਅਤੇ ਫਿਰ ਉਹ ਇਸ ਤਰ੍ਹਾਂ ਹੀ ਭਰਮ ਜਿਹੜਾ ਹੈਗਾ ਉਹਦਾ ਫਿਰ ਅੰਤ ਨਹੀਂ ਪਾਉਂਦਾ, ਭਾਵ ਅੰਤ ਨਹੀਂ ਕਿਉਂ ਉਹਦੇ 'ਚੋਂ ਨਿਕਲਦਾ ਕੁਛ। ਕੂੜ ਹੈ ਰੇ ਕੂੜ ਮਨ ਮੂੜ ਲੱਗ ਨਾਮ ਰੂ ਸੱਚੋ ਨਾ ਤਾਂ ਸੱਚੋ ਤਾਂ ਦੁਬਾਰਾ ਫਿਰ ਉਹ ਦੇਖਦੀ ਪਹੁੰਚਦੀ ਹੈ, ਕਹਿੰਦੇ ਝੂਠਾ ਹੈ ਝੂਠਾ ਹੈ ਮੂਰਖ ਮਨਾ ਸੁੰਦਰ ਨਾਮ ਨਾ ਲੱਗ ਜਾ, ਸੱਚੇ ਨੇ ਬਣਾਇਆ ਇਹ ਸੱਚੇ ਦੁਆਰਾ ਹੀ ਸ਼ੋਭ ਨਹੀਂ ਹੋ ਰਿਹਾ। ਜੋ ਆਪਣੀ ਜੋਤ ਗਜਲ ਹੈ ਇਹ ਸਰੀਰ ਕੀ ਹੈ ਕੁਛ ਨਹੀਂ, ਉਹਦੇ ਨਹੀਂ ਸੋਹਣਾ ਲੱਗਦਾ ਦੋਰਾ ਜੇ ਕਰਨਾ ਅਤੇ ਜਟ ਮੈਂ ਅਗਨ ਸਪਰਸ਼ ਨਾ ਹੋਏ ਗਿਆਨ ਦੀਪਣ ਜਾਗਰਤ ਚੋਰ ਇਹਦਾ ਵੀ ਸਾਰੇ ਸੋਏ, ਜਿਹਦੀ ਕਿਰਪਾ ਕਰਕੇ ਮਾਂ ਦੇ ਪੇਟ ਜਿਹੜੀ ਜਟ ਰੱਖਦੀ ਹੈ ਇਹ ਇਹਨੂੰ ਛੂੰਹਦੀ ਨਹੀਂ, ਇਹ ਤਾਂ ਸਾੜ ਕੇ ਸੁਆਹ ਕਰਦੇ ਮਾਂ ਜੋ ਖਾਂਦੀ ਹੈ ਉਹਦਾ ਸਾਰਾ ਭਸਮ ਕਰੀ ਜਾਂਦੀ ਹੈ, ਇਹਦੀ ਰੱਖਿਆ ਕਿਵੇਂ ਹੋਈ ਉਹਦੀ ਕਿਰਪਾ। ਜਨ ਦੀਪਣ ਜਾਗਰਤ ਚੋਰ ਇਹਦਾ ਵੀ ਸਾਰੇ ਸੋਏ, ਜੰਮਦੇ ਨੇ ਜੱਗ ਦੇ ਵਿੱਚ ਰਚ ਮਿਚ ਗਿਆ ਉਹਨੂੰ ਭੁਲਾ ਦਿੱਤਾ ਮੂਰਖ ਨੇ, ਉਹਦਾ ਸੋਏ ਪਰਮਾਤਮਾ ਸੀ ਉਹਨੂੰ ਵਿਸਾਰ ਦਿੱਤਾ ਭੁਲਾ ਦਿੱਤਾ, ਰਚ ਗਿਆ ਉਚੇਲਾ ਗਿਆ। ਕਿਉਂਕਿ ਜੇ ਕਰਨਾ ਤਾਂ ਰੂਪਾਂ ਅਨੂਪ ਹੈ, ਜਿਹਦੀ ਕਰਨਾ ਕਿਰਪਾ ਤਾਂ ਇਹਦਾ ਅਨੂਪ ਸੁੰਦਰ ਰੂਪ ਹੈ। ਮਨ ਨੂੰ ਸੰਬੋਧਨ ਕਰਕੇ ਕਹਿੰਦੇ ਅਤੇ ਸੁੰਦਰ ਰੂਪ ਉਹਦੀ ਕਿਰਪਾ ਨੂੰ ਜੇ ਤਾਈ ਪਰਿਵਾਰ ਨੇ ਤੇ ਤਾਲ ਉਹਨੂੰ ਛੱਡ ਕੇ ਖੂਹ ਵਿੱਚ ਚੜਾਨਾ ਖੂਹ ਵਿੱਚ ਡਿੱਗਿਆ, ਅੰਨੀ ਖੂਹ ਡਿੱਗਿਆ ਨਿਕਲਦਾ ਨਹੀਂ ਨਾ ਐਵੇਂ ਫਸਿਆ। ਜੇ ਕਰਨਾ ਸਭ ਦੇਵ ਦਾ ਜਿਹਨ ਕਿਰਪਾ ਸਾਰੇ ਪਦਾਰਥ ਦਿੱਤੇ ਆ ਅਤੇ ਇਸ ਤਰ੍ਹਾਂ ਫਿਰ ਤਾਂ ਵਿਸ਼ਾ ਕੇ ਸਵਾਲ ਉਹਨਾਂ ਉਸ ਮਾਲਕ ਨੂੰ ਤਿਆਗ ਕੇ ਵਿਸ਼ੇ ਜਿਹੜੇ ਵਿਸ਼ਿਆਂ ਭੋਗਾਂ ਦੇ ਵਿੱਚ ਸਵਾਰਥਾਂ ਹੀ ਤੁਰਿਆ ਕਰਦਾ। ਮਨ ਮੂਰਖ ਅਜੂ ਨਾ ਜਾਣ ਅਤੇ ਮੂਰਖ ਮਨਾ ਹਾਲੇ ਵੀ ਨਹੀਂ ਸਮਝਦਾ ਜਾਣਦਾ, ਜਿਸ ਕਾਰਨ ਤਾਂ ਸਭ ਕੁਝ ਮਨ ਜਿਹਦੀ ਕਿਰਪਾ ਨਾਲ ਸਾਰੇ ਤੈਨੂੰ ਮੰਨਦੇ ਹਨ। ਮਦਰ ਜਾਣ ਵਿਸ਼ਨ ਬਿਲ ਸਾਥੂ ਇਹਨਾਂ ਨੂੰ ਮਿੱਠੇ ਜਾਣ ਕੇ ਵਿਸ਼ੇ ਕਾਰਨ ਬਿਲ ਸਾਥੂ ਹੈ ਇਹਨਾਂ ਨੂੰ ਭੋਗ ਰਿਹਾ ਹੈ, ਬਿਲ ਸਨ ਇਹਨਾਂ ਨਾਲ ਤੂੰ ਕ੍ਰੀੜਾ ਕਰ ਰਿਹਾ ਹੈ। ਸੋ ਹੋਵੇ ਕੱਟ ਵੱਢ ਦੁੱਖ ਦਾ ਇਹ ਤਾਂ ਫਿਰ ਕੌੜੇ ਬਣ ਜਾਣਗੇ ਦੁੱਖ ਦਾ ਤੂੰ ਦੁੱਖ ਦੇਣ ਵਾਲੇ, ਅੰਤ ਸਮੇਂ ਬੜੇ ਕੌੜੇ ਬੜੇ ਦੁੱਖਦਾਈ ਸਾਬਤ ਹੋ ਜਾਣਗੇ। ਦੋਹਰਾ ਨਾਮੇ ਤਾਂ ਸਭ ਕੁਛ ਬਣਿਓ ਅਖੰਡ ਬ੍ਰਹਿਮੰਡ ਸੁਧੀ, ਇਹ ਨਾਮ ਦੀ ਕਿਰਪਾ ਨਾਲ ਇਹ ਸਾਰਾ ਕੁਝ ਬਣਿਆ ਅਖੰਡ ਨਵੇਂ ਹਿੱਸਾ। ਊਰਧਵ ਖੰਡ ਆ ਦੋ ਖੰਡ ਆ ਬ੍ਰਹਿਮੰਡ ਦੇ ਦੋ ਹਿੱਸੇ ਹੁੰਦੇ ਆ, ਸਵਰਗ ਆ ਧਰਤੀ ਲੋਕ ਆ, ਇਸ ਵਾਸਤੇ ਕਿ ਧਰਤੀ ਦੇ ਵੀ ਨਵੇਂ ਹਿੱਸੇ ਮੰਨੇ ਆ, ਸੱਤ ਦੀਪ ਮੰਨੇ ਆ, ਸੱਤ ਦੀਪ ਨੌਂ ਖੰਡ ਮਿਲ ਕੇ ਬ੍ਰਹਿਮੰਡ ਬਣਦੇ ਆ, ਸਾਰਾ ਦੇਸ਼ ਵਜਣਾ ਮਨੁੱਖ ਦੀ ਦੇਹ ਆ, ਧਰਤੀ ਦੇ ਵਿੱਚ ਨਾਲੇ ਜਿੰਨੇ ਵੀ ਸਰੀਰ ਆ ਇਹ ਸਾਰੇ ਖੰਡ ਬ੍ਰਹਿਮੰਡ ਸਰੀਰ ਸਾਰੇ ਇਹ ਨਾਮ ਦੀ ਕਿਰਪਾ ਤੋਂ ਬਣੇ। ਉਹ ਕਿਉਂ ਨਾਮ ਸਾਰੇ ਨਿਤ ਸੰਹਾਰ ਮਤ ਧੀ, ਉਹ ਨਾਮ ਨੂੰ ਮੂਰਖਾ ਤੋਂ ਕਿਵੇਂ ਭੁਲਾ ਦਿੱਤਾ, ਧੀਰ ਧੀਰ ਮੈਨ ਬੁੱਧੀ ਰਾਮ ਇਹਨੇ ਧਾਰਨ ਕਰਨਾ, ਜਿਹੜਾ ਬੁੱਧੀ ਧਾਰਨ ਕਰਨਾ ਇਹਦਾ ਮਤਲਬ ਧੀਰ ਬੁੱਧੀ ਹਨ ਧੀਰਜ ਵਾਲੇ ਮਾਸੀ ਜਿਹੜੇ ਬੁੱਧੀ ਹੈ ਧੀਰਜ ਵਾਲੇ ਆ ਸਮਝ ਵਾਲੇ ਆ ਕਿਸ ਤਰ੍ਹਾਂ ਬੁੱਧੀ ਵਾਲੇ ਆ ਉਹ ਨਾਮ ਨੂੰ ਭੁਲਾਉਂਦੇ ਨੇ ਕੋਈ ਭਲਾਈ ਕਰਦੇ ਆ। ਇਸ ਵਾਸਤੇ ਇਹ ਧੀਰਜ ਵਾਲਿਆ ਨਾਮ ਨੂੰ ਨਾ ਭੁਲਾ ਕਦੀ ਵੀ ਮਨ ਸਵਈਆ, ਉਹਦੇ ਨਾਮ ਨੂੰ ਸਦਾ ਇਹ ਚੇਤੇ ਰੱਖ, ਉਹਨੂੰ ਸਮਾਰ ਨਿਤ ਸਮਾਰ ਮਤ ਹਮੇਸ਼ਾ ਉਹਨੂੰ ਸਮਾਰ ਰਹਿਣੇ ਚੇਤੇ ਰੱਖ। ਸਵਈਆ ਨਾਗਨ ਅਤੇ ਗੁਣ ਸਾਗਨ ਅਤੇ ਗੁਰਤੇ ਮਤ ਮੈਂ ਬਦ ਨਾਮ ਪੁੱਛਾਂ, ਨਾਗਨ ਮੈਂ ਨਿਰਗੁਣ ਮਤ 'ਚ
ਕੇ ਸਰਗੁਣ ਸਰਗੁਣ ਮਤ ਸਤਿਗੁਰੇ ਮਤ ਨਾਮ ਨੂੰ ਵੱਡਾ ਪਛਾਣਿਆ। ਸ਼੍ਰੀ ਮੁੱਖ ਨਾਮ ਗੋਬਿੰਦ ਸਿੰਘ ਵੱਡੋ ਸਭ ਤੇ ਕਹਿ ਨਾਮ ਲਖਣ। ਇਹ ਕਹਿੰਦੇ ਸਤਿਗੁਰਾਂ ਦੀ ਮਤ ਨਾਮ ਨੂੰ ਨਿਰਗੁਣ ਅਤੇ ਸੰਤ ਦੋਵਾਂ ਤੋਂ ਵੱਡਾ ਪਛਾਣਿਆ। ਧੰਨ ਗੁਰੂ ਨਾਨਕ ਸਾਹਿਬ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੁਖਾਰਬਿੰਦ ਤੋਂ ਨਾਮ ਨੂੰ ਵੱਡਾ ਕਹਿ ਕੇ ਵਖਾਣਿਆ ਖਤਨ ਕੀਤਾ। ਵੇਦ ਪੁਰਾਣ ਗ੍ਰੰਥ ਸੁਣੇ ਕਵ ਕੋਵਤ ਜੇ ਸਭ ਹੀ ਮਨ ਮਨੋ। ਫਿਰ ਵੇਦ ਆ ਪੁਰਾਣ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਬਚਨ ਕਹਿੰਦੇ ਕਵੀ ਲੋਕ ਪੰਡਿਤ ਲੋਕ ਵਿਦਵਾਨ ਸਾਰੇ ਇਸ ਸਿਧਾਂਤ ਨੂੰ ਮੰਨਿਆ ਉਹਨਾਂ ਨੇ ਇਹ ਨਾਮ ਵਡਾਇਆ ਇਹਨੂੰ ਮੰਨ ਦਿੱਤਾ। ਰੇ ਮਨ ਮੂਰਖ ਸੋ ਨਾਮ ਪ੍ਰਤਾਪੈ ਜਾਣਾ ਜਾਣ ਭੈ ਉਦਮ ਜਾਣ ਕਹਿੰਦੇ ਫਿਰ ਮੂਰਖ ਮਨਾ ਸੋ ਨਾਮ ਦੇ ਪ੍ਰਤਾਪ ਨੂੰ ਜਾਣ ਕੇ ਅਣਜਾਣ ਕਿਉਂ ਬਣ ਰਿਹਾ ਕਿਉਂ ਹੋ ਰਿਹਾ ਹੈਂ ਇਹਦਾ ਕਾਰਨ ਕਿਵੇਂ ਜਾਣਿਆ ਜਾਏ ਉਹ ਕਾਰਨ ਤੂੰ ਜਾਣਦਾ ਨਹੀਂ। ਸੋਈਆ ਨਾਗਨ ਤੇ ਮਜਾਨ ਵੱਡੋ ਪਰਮਾਤਮ ਦੇਹਨ ਮੈਂ ਸਭ ਸੋ ਅਤੇ ਨਿਰਗੁਣ ਤੇ ਇਸ ਤਰ੍ਹਾਂ ਜਾਣੋ ਪਰਮਾਤਮਾ ਵੱਡਾ ਦੇਹਨ ਮੈਂ ਸਭ ਸੋ ਅਤੇ ਨਿਰਗੁਣ ਇਸ਼ਾਰਾ ਇਸ ਵਾਸਤੇ ਨਿਰਗੁਣ ਤੋਂ ਨਾਮ ਨੂੰ ਲੈ ਲਓ ਵੱਡਾ ਜਾਣ ਭਾਵ ਕੀ ਹੈ ਇੱਕੋ ਹੀ ਹੈ ਸਦਾ ਸੁਖਦਾਇਕ ਸੁੱਖ ਦੇਣ ਵਾਲਾ ਪਰਮਾਤਮਾ ਸਾਰੀਆਂ ਦੇਹਾਂ ਦੇ ਵਿੱਚ ਵੱਸ ਰਿਹਾ ਹੈ। ਚੇਤਨ ਕੇ ਅਵਲੰਬਤ ਹੈ ਨਰਨਾਰ ਵਿਰਾਜਿਤ ਜੰਗ ਅਤੇ ਚੇਤਨ ਦੇ ਅਵਲੰਬਤ ਆਸਰੇ ਹੈ ਇਸਤਰੀ ਹੈ ਪੁਰਸ਼ ਹੈ ਵਿਰਾਜ ਰਿਹਾ ਜੰਗਮ ਜੜ ਜੰਗਮ ਸਾਰਿਆਂ 'ਚ ਜਿਹੜਾ ਕੋਵਿਦ ਹੀ ਦੇਖ ਕੇ ਘਟਵੇਂ ਨਰ ਜੀਵ ਦੁਖੀ ਪਾਵੇ ਸਭ ਦੇ ਉਹਦੇ ਹੁੰਦਿਆਂ ਘੱਟ 'ਚ ਰਹਿੰਦਿਆਂ ਜਿੰਨੇ ਪੁਰਸ਼ ਹੈ ਜੀਵ ਹੈ ਉਹ ਸੰਸਾਰ ਦੁਖੀ ਹੋ ਰਿਹਾ ਕਿਉਂ ਉਹਦਾ ਨਾਮ ਨਹੀਂ ਜਪਦੇ ਹੈਗਾ ਤਾਂ ਸਾਰਿਆਂ 'ਚ ਚੇਤਨ ਉਹਦੇ ਹੁੰਦਿਆਂ ਵੀ ਕੁੱਟੀ ਜਾਂਦੇ ਨਾਮ ਜਪੇ ਜਾਵੇ ਸੁਖ ਸਾਗਰ ਚੇਤਨ ਸੀਤਾ ਦੋਸਤੋ ਜਦੋਂ ਨਾਮ ਜਪੇਗਾ ਫਿਰ ਸੁੱਖਾਂ ਦਾ ਸਾਗਰ ਉਹ ਪ੍ਰਗਟ ਹੋ ਜਾਏ ਕਿਉਂਕਿ ਸਾਰਿਆਂ ਦੇ ਹਿਰਦੇ ਵਿੱਚ ਤਾਂ ਨਿਰਗੁਣ ਚੇਤਨ ਹੁੰਦੇ ਆ ਹੈ ਮਨੁੱਖ ਜੀਵ ਸੰਸਾਰ ਸਾਰੇ ਦੁਖੀ ਹੈ ਪਰ ਇਹ ਗੱਲ ਦੇਖੀਏ ਜੇ ਕੋਈ ਨਾਮ ਜਪੇ ਉਹ ਫਿਰ ਚੇਤਨ ਚੇਤਨ ਵਿੱਚ ਪ੍ਰਗਟ ਹੋ ਕੇ ਚੰਗੀ ਤਰ੍ਹਾਂ ਸੁੱਖਾਂ ਦਾਤਾ ਬਣ ਜਾਂਦਾ ਜਿਹਨੂੰ ਨੂੰ ਪ੍ਰਗਟ ਕਰ ਲਿਆ ਉਹਦੇ ਬਚਨ ਨਾਲ ਲੋਕਾਂ ਦੇ ਦੁੱਖ ਟੁੱਟਣ ਲੱਗ ਜਾਂਦੇ। ਸਰਦੀ 'ਚ ਪਾਣੀ ਦਾ ਹੈਗਾ ਜੇ ਨਾ ਕੱਢੀਏ ਪਿਆਸ ਥੋੜ੍ਹੀ ਬੁਝਣੀ ਆ ਪਿਆਸ ਤਾਂ ਹੀ ਬੁਝੂਗੀ ਜੇ ਸਰਦੀ 'ਚੋਂ ਕੱਢਾਂਗੇ ਕਹਿੰਦੇ ਹੁਣ ਤਿਲਾਂ 'ਚ ਤੇਲ ਆ ਜੇ ਤਾਂ ਕੱਢਾਂਗੇ ਤਾਂ ਦੀਵਾ ਬਲ ਪਊ ਸਿੱਧੇ ਤਿਲਾਂ ਨਾਲ ਨਹੀਂ ਬਲਣਾ ਰੱਬ ਤਾਂ ਹੈਗਾ ਜੇ ਪ੍ਰਗਟ ਕਰਾਂਗੇ ਫੇਰ ਆ ਸੋਈ ਆ ਸਗੁਣ ਅਤੇ ਵੱਧ ਜਾਣਤ ਹੈ ਇਹ ਵਜੇ ਰਸ ਜਾਪ ਮੈਂ ਦੇਣ ਵਸਾਲਾ। ਜਿਹੜੇ ਕਰਨੀ ਵਾਲੇ ਮਹਾਂਪੁਰਖ ਹੈ ਬੰਦਗੀ ਵਾਲੇ ਜਾਪ ਸਿਮਰਨ ਦੇ ਰਸ ਦਿਨ ਰਾਤ ਲੀਨ ਹੋਏ ਰਹਿੰਦੇ ਉਹ ਨਾਮ ਨੂੰ ਸਰਗੁਣ ਤੋਂ ਵੱਡਾ ਇਸ ਪ੍ਰਕਾਰ ਜਾਣਦੇ ਹਨ। ਪ੍ਰੇਮ ਸੋ ਨਾਮ ਵਸਿਓ ਜਾਵੇ ਹੀ ਸਭ ਗੋਚਰ ਰੋਤ ਸਰੂਪ ਕਿਰਪਾਲਾ। ਜਦੋਂ ਕਹਿੰਦੇ ਪਰਮੇਸ਼ੁਰ ਨਾਮ ਪ੍ਰੇਮ ਨਾਲ ਹਿਰਦੇ 'ਚ ਵੱਸ ਗਿਆ ਅਤੇ ਪ੍ਰਤੱਖ ਹੋ ਜਾਂਦਾ ਫਿਰ ਕਾਲੂ ਕਿਰਪਾ ਕਰਨ ਵਾਲਾ ਜਿਹੜਾ ਸਰੂਪ ਹੈ ਜਿਹੜਾ ਜਿਹਦਾ ਨਾਮ ਜਪਦਾ ਉਹ ਵੀ ਵੱਸ ਜਾਂਦਾ ਹੈ। ਜਿਹਦਾ ਨਾਮ ਜਪ ਰਹੇ ਜਿਹੜੇ ਬਾਣੀ ਨਾਲ ਪਿਆਰ ਕਰੋਗੇ ਬਾਣੀ ਵੀ ਪਿਆਰ ਕਰਨ ਲੱਗ ਜਾਂਦੀ ਭਗਤਾਂ ਦੇ ਮਨ 'ਚ ਵੱਸ ਜਾਂਦਾ ਪ੍ਰਗਟ ਹੋ ਜਾਂਦਾ ਉਹਨਾਂ ਦੀ ਰੱਖਿਆ ਵਾਸਤੇ। ਜਾਹੀ ਤੇ ਨਾਮ ਅਧੀਨ ਸਰੂਪ ਲਗੋ ਭਗਤਾਂ ਨੂੰ ਬਲੀ ਮਤ ਇਸੇ ਵਾਸਤੇ ਜਿਹੜੇ ਸ੍ਰੇਸ਼ਟ ਬੁੱਧੀ ਵਾਲੇ ਮਹਾਤਮਾ ਆ ਭਗਤ ਆ ਹਾਂਜੀ ਭਗਤਾਂ ਨੇ ਸਰੂਪ ਨੂੰ ਨਾਮ ਦੇ ਅਧੀਨ ਜਾਣਿਆ ਅਤੇ ਨਾਮ ਤੋਂ ਬਿਨਾਂ ਗੱਲ ਹੁੰਦੀ ਬਲੀ ਮਤ ਸਾਲਾ ਬਲੀ ਮਤ ਦੇ ਸਾਲਾ ਘਰ ਬੁੱਧੀ ਵਾਲੇ ਬਲੀ ਮਤ ਸਾਲਾ ਜਿਹਨਾਂ ਦੀ ਬੁੱਧੀ ਵਾਹਿਗੁਰੂ ਦੀ ਸਿਫਤ ਕਰਨ ਵਿੱਚ ਲੱਗੀ ਹੋਈ ਇਸ ਵਾਸਤੇ ਦਿਨ ਰਾਤ ਅੱਗੇ ਹੋਏ ਭਗਤੀ ਮਤ ਸਾਲਾ ਭਲੀ ਚੰਗੀ ਮਤ ਬੁੱਧੀ ਸਾਲਾ ਘਰ ਚੰਗੀ ਬੁੱਧੀ ਦਾ ਘਰ ਕੌਣ ਜਿਹੜੇ ਮਹਾਤਮਾ ਘਰ ਦੇ ਤਾਜੂ ਤੋਂ ਤਾਜੂ ਨਾ ਕਰਿਆ ਇਸ ਵਾਸਤੇ ਜੀ ਮੈਂ ਜੋ ਬਲ ਮਰ ਉਹ ਹਿਰਦੇ ਤਾਰ ਕੇ ਤਿਆਗਦੇ ਨਹੀਂ ਕਦੀ ਵੀ ਦਿਨ ਰਾਤ ਰਸਨਾਂ ਨੂੰ ਜਪਦੇ ਆ ਜਿਵੇਂ ਗਲ 'ਚ ਮਾਲਾ ਪਾਈ ਹੁੰਦੀ ਹੈ ਇਸ ਤਰ੍ਹਾਂ ਵੀ ਉਹ ਨਾਮ ਜਪਦੇ ਆ ਅੱਠੇ ਪੈਰ ਜਿਵੇਂ ਗਲ 'ਚ ਮਾਲਾ ਰਹਿੰਦੀ ਹੈ ਉਹਨਾਂ ਦੇ ਗਲ 'ਚ ਪਰਮੇਸ਼ੁਰ ਦਾ ਨਾਮ ਹਰ ਵੇਲੇ ਨਾਮ ਜਪਦੇ ਨੇ ਤੇ ਆਦਿ ਖੇਤ ਸ਼੍ਰੀ ਰਾਮ ਮਹਾਰਾਜ ਦੱਸਦੇ ਆ ਭਗਤ ਜੀ ਬਾਣੀ
ਕਹਿੰਦੇ ਇਸ ਵਾਸਤੇ ਪਰਮੇਸ਼ਰ ਸ਼੍ਰੀ ਰਾਮ ਨੇ ਦੱਸਿਆ ਸੰਸਾਰ ਨੂੰ ਕਿ ਨਾਮ ਮੇਰੇ ਆਪਣੇ ਆਪ ਤੋਂ ਬਚਾ ਹੈ, ਇਸ ਦੇ ਉੱਪਰ ਉੱਚਾ ਨਵ ਨਿਜ ਅਤੇ ਆਦਿਕ ਹੇਤ ਸ਼੍ਰੀ ਰਾਮ ਨਿਜ ਅਤੇ ਮੈਨੇ ਆਪਣੇ ਆਪ ਤੋਂ ਆਦਿਕ ਵੱਧ ਨਾਮ ਹੈ ਜਗ੍ਹਾ ਲਗਾ ਵਾਲੇ ਸਾਨੂੰ ਇਸ ਸੰਸਾਰ ਦੇ ਉੱਤੇ ਚਟਾਨਾ ਭਾਰੀ ਚਟਾਨਾ ਅਤੇ ਪਰਮੇਸ਼ਰ ਨਾਮ ਲਿਖ ਕੇ ਮੈਨੂੰ ਵੱਡਾ ਜਣਾ ਦਿੱਤਾ। ਜਿਹੜੇ ਹੁਣ ਸਮੁੰਦਰ ਦੇ ਪੱਥਰ ਤਾਰਦੇ ਉਹ ਡੁੱਬੇ ਜਾਣ, ਇੱਕ ਤੇ ਰਾਰਾ ਇੱਕ ਤੇ ਮੰਮਾ ਲਿਖੀ ਹੈ ਅਤੇ ਉਹ ਤਾਰਨ ਲੱਗ ਪਿਆ। ਦੱਸਿਆ ਵੀ ਨਾਮ ਵੱਡਾ ਜਗ੍ਹਾ ਹੈ ਲਗਾ ਸੰਸਾਰ ਦੇ ਵਿੱਚ, ਇਹ ਗੱਲ ਪ੍ਰਗਟ ਕੀਤੀ ਹੈ ਲਿਖਾਇਓ ਲਿਖ ਕਰ ਨਾਮ ਲਿਖ ਕੇ ਸਰਬਰ ਗਿਰਬਰ ਤਰ ਪਾਰੇ। ਕਹਿੰਦੇ ਫਿਰ ਜਿਹੜੇ ਸਰਬਰ ਸਮੁੰਦਰ ਦੇ ਉੱਤੇ ਗਿਰਬਰ ਪੱਥਰ ਬੜੇ ਭਾਰੇ ਸੀ, ਗਿਰਬਰ ਪਹਾੜ ਚਟਾਨਾ ਉਹ ਬੜੇ ਭਾਰੇ ਸੀ, ਕਿਉਂਕਿ ਉਹ ਫਿਰ ਜਿਹੜੇ ਸੀ ਸਰਬਰ ਕੇ ਪਾਤਨ ਹੰਕਾਰੇ ਦਰਖਤ ਦੇ ਪੱਤਿਆਂ ਵਾਂਗ ਉਹਨਾਂ ਨੂੰ ਧਾਰ ਦਿੱਤਾ, ਜਿਹੜੇ ਕਿ ਭਾਰੇ ਚਟਾਨਾ ਉੱਤੇ ਪਰਮੇਸ਼ਰ ਨਾਮ ਲਿਖ ਕੇ ਸਮੁੰਦਰ ਉੱਤੇ ਧਰ ਕੇ ਬਿਰਸ਼ ਦੇ ਪੱਤਿਆਂ ਨੂੰ ਉਤਾਰ ਦਿੱਤਾ। ਹੁਣ ਸ਼੍ਰੀ ਗੁਰੂ ਅਰਜਨ ਗੱਤ ਦਾ ਜੀ ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇ ਮੁਕਤੀ ਦਾ ਅਤੇ ਇਹ ਤਾਂ ਮਹਿਮਾ ਆਦਿਕ ਲਿਖਾਈ, ਆਪਣੇ ਤੋਂ ਮਹਿਮਾ ਵੱਧ ਲਿਖਾਈ ਹੈ। ਸ਼੍ਰੀ ਗੁਰੂ ਸੋ ਗ੍ਰੰਥ ਮੈਂ ਲਿਖ ਜਸ ਨਾਮ, ਫਿਰ ਸ਼੍ਰੀ ਸ੍ਰੇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦਾ ਜਸ ਲਿਖ ਕੇ ਇਸ 'ਤੇ ਅਦੋ ਪੈ ਸੁਖਤਾ, ਫਿਰ ਆਪ ਸੁੱਖਾਂ ਦਾ ਘਰ ਜਿਹੜੇ ਉਸ ਗੁਰੂ ਗ੍ਰੰਥ ਤੋਂ ਨੀਵੇਂ ਹੋਏ। ਜਿਹੜੇ ਹੁੰਦੇ ਹਨ ਬਰਾਜਦੇ ਸੀ ਪੜ੍ਹਨ ਥੱਲੇ ਪੌਲਾਂ ਨੂੰ ਵੀ ਕੱਪੜਾ ਬਸਤਰ ਵਿਛਾਉਂਦੇ, ਦੁਆਰਾ ਆਪ ਅਛਤ ਸਮਰਾਤ ਕਰੋ ਦਹੀ ਵਡਾਈ ਨੂੰ, ਅਛਤ ਮਨੇ ਹੁੰਦੇ ਹਾਂ ਆਪਣੀ ਮੌਜੂਦਗੀ ਵਿੱਚ ਆਪਣੇ ਪ੍ਰਤਾਪ ਸਾਹਮਣੇ। ਨਾਮ ਨੂੰ ਵਡਿਆਈ ਵੱਡੀ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਾਉਣ ਲੱਗ ਪਿਆ, ਅਪਰ ਤਰਕੋ ਕਰ ਸਕਦਾ ਸਭ ਮਨੇ ਹੋ, ਹੋਰ ਕਿ ਤਰ ਕੋਈ ਕੀ ਹੋਜਿਤ ਕਰ ਸਕਦਾ, ਉਹ ਗੁਣਾਂ ਤਾਂ ਗੁਣਾਂ ਦੇ ਘਰ ਜਿਹੜੇ ਆ ਵਿਦਵਾਨ ਲੋਕ ਕਰਨੀ ਵਾਲੇ ਮਹਾਂਪੁਰਖ ਜਿਹੜੇ ਗੁਣਾਂ ਦੇ ਤਾਂ ਉਹ ਸਾਰੇ ਲੋਕ ਨਾਮ ਨੂੰ ਗੁਣਾਂ ਦਾ ਕਰਮ ਮਹਾਰਾਜ ਐਸੀ ਕਿਰਪਾ ਕੀਤੀ ਹੈ। ਕੌਣ ਕਹਿੰਦਾ ਤਰ ਕਰ ਸਕਦਾ, ਤਾਂ ਹੀ ਸਾਰੇ ਗੁਣੀ ਲੋਕ ਇਸ ਅਸੂਲ ਨੂੰ ਮੰਨਦੇ, ਜੇ ਗੁਰੂ ਅਰਜਨ ਸਾਹਿਬ ਆਪ ਗੁਰੂ ਗ੍ਰੰਥ ਸਤਿਕਾਰ ਨਾ ਕਰਦੇ ਤਾਂ ਦੂਏ ਕਿਵੇਂ ਕਰਦੇ। ਦੋਹਰਾ ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤੇ ਨਹੀਂ ਮਿਲੇ, ਪਰਮੇਸ਼ਰ ਨਿਰਗੁਣ ਸਰੂਪ ਆ ਸਰਗੁਣ ਸਰੂਪ ਆ, ਜਿਹੜਾ ਨਾਮ ਆ ਸਾਰਿਆਂ ਦੇ ਸਿਰ ਤੋਂ ਵਾਹਿਗੁਰੂ ਨਾਮ ਜਿਹੜਾ ਮੇਰ ਮੈਨੇ ਸੁਮੇਰ ਪਰਬਤ ਮੰਗੂ ਮੇਰੂ ਮੰਗੂ, ਖੜਾ ਹੋ ਜਾ ਉੱਠ ਕੇ, ਕੋਈ ਗੱਲ ਅੰਦਰ ਲੈ ਵੀ ਜਾ, ਸੁਮੇਰ ਪਰਬਤ ਦੇ ਸਮਾਨ ਆ, ਸਭ ਤੋਂ ਉੱਚਾ ਜਾਣੀ ਹੈ ਲੇਖ ਜਿਹਨਾਂ ਕੀ ਜਦੇ, ਇਹਨੂੰ ਸਾਰਿਆਂ ਤੋਂ ਉੱਚਾ ਜਾਣੋ, ਨਾਮ ਲੈਣ ਵਿੱਚ ਦੇਰੀ ਨਾ ਕਰੋ। ਕਾਹਲੇ ਪਾਦਾ ਪੁੱਛਦੇ ਹਾਂ, ਨਾਮ ਜਪੀ ਚਲੋ, ਫਿਰਦੇ ਤੁਰਦੇ ਕੰਮ ਕਰਦੇ ਜਪੀ ਚਲੋ ਭਜਨ ਕਰੋ, ਬਾਬੇ ਨਿਰਗੁਣ ਨਾਮ ਅੰਤੇ ਵਧਿਆ ਸੀ। ਫਿਰ ਜਿਹੜਾ ਨਿਰਗੁਣ ਨਾਮ ਸੋਕਰ ਅਰਥ ਸੁਖਨ ਹੋ ਗਿਆ ਸੀ, ਹੁਣ ਅੱਗੇ ਫਿਰ ਦੱਸਣਗੇ ਤੁਹਾਨੂੰ ਮੈਨੂੰ ਹੁੰਦਾ ਬਸ ਆਪਣੇ ਕਥਨ ਕਰਕੇ ਦੱਸ। ਕਹਿੰਦੇ ਪਰਮੇਸ਼ਰ ਦਾ ਨਿਰਗੁਣ ਨਾਮਾਂ ਤੋਂ ਵੱਧ ਜਿਸ ਤਰ੍ਹਾਂ ਉਹਦੇ ਅਰਥ ਕਹਿੰਦੇ ਕਰਕੇ ਤੁਹਾਨੂੰ ਦੱਸ ਦਿਓ, ਕਿਉਂਕਿ ਜਿਹੜਾ ਇਹ ਨਾਮ ਕਿਵੇਂ ਵੱਡਾ ਆ ਉਹ ਦੱਸ ਦਿਓ। ਸੋ ਕਰ ਅਰਥ ਵਿਖਾਣੋ, ਕਹਿੰਦੇ ਉਵੇਂ ਭੁਲੇਖਾ ਜਾ ਰਿਹਾ ਜੀ, ਉਹਨੂੰ ਗੁਜਰ ਜੀ ਬਣੀ ਜਾਣੀ ਜੀ, ਅਰਥ ਕਰਕੇ ਦੱਸ ਦੂੰਗਾ। ਕਹਿੰਦੇ ਸਪਸ਼ਟ ਹੋ ਜਾਏ ਵਾਹੇ ਨਾਮ ਅਚਰਜ ਹੋਏ, ਜਿਹੜਾ ਵਾਹੇ ਨਾਮ ਇਸ ਚਰਜ ਦਾ ਬਚ ਹੋਏ, ਅਚਰਜ ਅਤੇ ਪਰ ਉਕਤ ਨਾ ਹੋਈ, ਉਕਤ ਹੁੰਦਾ ਬਾਣੀ ਕਥਨ ਕਰਨਾ ਜਿਹੜਾ ਕਿਹਾ ਜਾ ਸਕੇ, ਇਹ ਤੋਂ ਪਰੇ ਕਹਿੰਦੇ ਕੁਛ ਕਿਹਾ ਨਹੀਂ ਜਾ ਸਕਦਾ। ਅਸਚਰਜ ਤੋਂ ਪਰੇ ਬੰਦਾ ਕਹਿ ਕੇ ਕੀ ਦੱਸੂਗਾ, ਇਹ ਕੋਈ ਬੜਾ ਅਸਚਰਜ ਆ, ਇਹਦੇ ਪਰੇ ਤਾਂ ਹੁਣ ਕੋਈ ਉਗਤੀ ਯੋਗਤੀ ਹੈ ਨਹੀਂ ਜਿਹੜਾ ਕਹਿ ਕੇ ਦੱਸਿਆ ਜਾਏ। ਇਸ ਵਾਸਤੇ ਹਾਂਜੀ ਕਹਿੰਦੇ ਵਾਹਿਨਾਮ ਅਚਰਜ ਦਾ, ਅਚਰਜ ਤੋਂ ਪਰੇ ਕੋਈ ਬਾਣੀ ਹੈ ਨਹੀਂ ਜਿਹਦੇ ਅੱਖਰ ਨਾਲ ਕਹਿ ਕੇ ਕੋਈ ਦੱਸੀਏ, ਅਸਚਰਜ ਨੂੰ ਅਸਚਰਜ ਹੀ ਕਹਿਣਾ ਪਊਗਾ। ਗੋਤਮ ਨਾਮ ਅਗਿਆਨ ਅਨਿੱਤ ਰੋ ਪ੍ਰਕਾਸ਼ ਕੀ ਜਨ ਚਿੱਤ, ਇਉਂ ਸ਼੍ਰੀ ਨਾਨਕ ਨਾਮ ਬਣਾਇਓ ਸੁਣ ਸ਼ੁਰਤ ਸੰਤਨ ਚਿੱਤ ਸੁਖ ਪਾਇਓ। ਗੋ ਨਾਮ ਹਨੇਰੇ ਦਾ, ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ,
ਗੋਹ ਹਨੇਰਾ ਚਿੱਤ ਛਾਇਆ ਨਾ ਉਹ ਪੜਦਾ ਬਣਿਆ ਪਰ ਅਨੇਤਿਆ ਹਨੇਰਾ ਸਦਾ ਰਹਿਣ ਵਾਲਾ ਥੋੜ੍ਹੀ ਹੈ ਰੂਹ ਜਿਹੜਾ ਨਾਮ ਹੈ ਉਹ ਪ੍ਰਕਾਸ਼ ਸਰੂਪ ਦਾ ਕਹਿੰਦੇ ਜਿਨ ਐਸੇ ਗਿਆਨ ਵਾਲੇ ਚਿੱਤ ਨੂੰ ਪ੍ਰਕਾਸ਼ਿਤ ਕੀਤਾ ਚਿੱਤ 'ਚੋਂ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਹੈ ਗੋ ਮੈਨੇ ਹਨੇਰਾ ਰੂਹ ਮੈਨੇ ਪ੍ਰਕਾਸ਼ ਇਸ ਤਰ੍ਹਾਂ ਕਹਿੰਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਵਾਹਿਗੁਰੂ ਮੰਤਰ ਆ ਇਹਨੂੰ ਬਣਾਇਆ ਇਹ ਕੰਨਾਂ ਨੇ ਸੁਣ ਕੇ ਸੰਤਾਂ ਨੇ ਆਪਣੇ ਮਨ 'ਚ ਬੜਾ ਸੁੱਖ ਪਾਇਆ ਇਸ ਮੰਤਰ ਨੂੰ ਸੁਣ ਕੇ ਇਹ ਵਾਸਤੇ ਗੋਰ ਹੋ ਥੋੜ੍ਹੇ ਲੱਗੇ ਅਰਥ ਇਸ ਵਾਸਤੇ ਕਹਿੰਦੇ ਗੋ ਫਿਰ ਆ ਰਹੇ ਇਸ ਵਾਸਤੇ ਆਪਣਾ ਇਹ ਸਾਰਾ ਜਿਹੜਾ ਮੰਤਰ ਬਾਰੇ ਭਾਈ ਸਾਹਿਬ ਨੇ ਦੱਸਿਆ ਹੈ ਇਸ ਤਰ੍ਹਾਂ ਜਿਹੜਾ ਮੰਤਰ ਮਹਾਰਾਜ ਨੇ ਬਣਾਇਆ ਇਹ ਪ੍ਰਕਾਸ਼ ਇਸ ਤਰ੍ਹਾਂ ਦੱਸਿਆ ਹੁਣ ਅੱਗੇ ਹੋਰ ਦੱਸ ਰਿਹਾ ਪੁਨ ਸਤ ਸਵਰਗੁਣ ਅਤੇ ਪੁਨ ਸਰਗੁਣ ਕੇ ਨਾਮ ਦੇ ਅਧਿਕ ਜਨਮ ਨੂੰ ਅਤੇ ਸਰਗੁਣ ਦੇ ਨਾਮਾਂ ਤੋਂ ਇਹ ਨਾਮ ਨੂੰ ਮਨ 'ਚ ਵੱਧ ਜਾਣੇ ਜੇ ਸਿਮਰ ਜੇ ਸਿਮਰਤ ਕਾਲੀ ਕਾਲ ਕੇ ਕਲਮ ਆਪਣੇ ਜਿਹਦਾ ਸਿਮਰਨ ਕਰਨਾ ਕਲਯੁਗ ਦੇ ਸਮੇਂ ਦੇ ਜਿੰਨੇ ਕਲਮਲ ਪਾਪ ਹਨ ਪਖਲਮੇ ਨੇ ਸਾਰੇ ਦੇ ਸਾਰੇ ਨੱਸ ਜਾਂਦੇ ਹੁਣ ਦੱਸਣਗੇ ਵੀ ਕਿਵੇਂ ਬਾਬਾ ਵਾਸਦੇਵ ਤੇਲੇ ਨੂੰ ਬਾਬਾ ਅੱਖਰ ਜਿਹੜਾ ਸਾਰੇ ਸੰਸਾਰ ਦਾ ਜਿਹੜਾ ਆਤਮ ਪੂਰਨ ਬ੍ਰਹਮ ਹੈ ਵਾਸਦੇਵ ਸਰਵਤਨ ਉਹਨਾਂ ਕਦੋਂ ਉਠਾਏ ਵਾਸਦੇਵ ਉਹ ਜਿਹੜਾ ਸਾਰੀਆਂ ਜਾਣ ਕਿਤੇ ਵੀ ਉਹਨਾਂ ਦੀ ਪਰਿਪੂਰਨ ਵਿਆਪਕ ਹੈ ਇਸ ਵਾਸਤੇ ਵਾਸਦੇਵ ਅਤੇ ਹਾਹਾ ਬਾਬਾ ਲੈ ਲਿਆ ਹਰੀ ਵਿਸ਼ਨ ਅਤੇ ਹਾਹਾ ਸੀ ਹਰੀ ਵਿਸ਼ਨ ਅਤੇ ਹਾਹਾ ਸੀ ਅਤੇ ਹਰੀ ਵਿਸ਼ਨ ਹਰੀ ਵਿਸ਼ਨ ਜਿਹੜਾ ਮਨ ਦੇ ਪਾਪਾਂ ਨੂੰ ਹਰ ਲੈਣ ਵਾਲਾ ਹਰੀਰ ਹਰਤੀ ਪਾਪਾਂ ਇਸ ਵਾਸਤੇ ਜਿਹੜਾ ਪਾਪਾਂ ਨੂੰ ਹਰਨ ਵਾਲਾ ਅਤੇ ਵਿਆਪਕ ਹੈ ਉਹ ਤੋਂ ਹਾਹਾ ਲੈ ਲਿਆ ਗਗਾ ਗੋਬਿੰਦ ਤੇ ਲਈ ਜਾਣੂ ਗਗਾ ਜਿਹੜਾ ਗੋਬਿੰਦ ਨਾਮ ਉਹ ਤੋਂ ਵੀ ਲੈ ਲਿਆ ਰਾਧਾ ਰਾਮ ਜਨਮ ਨੂੰ ਰਾਧਾ ਜਿਹੜਾ ਰਾਮ ਤੋਂ ਲੈ ਲਿਆ ਜਿਹੜਾ ਸਾਰੇ ਰਮਿਆ ਹੋਇਆ ਗੋਬਿੰਦ ਜਿਹੜਾ ਇੰਦਰੀਆਂ ਦਾ ਪ੍ਰਕਾਸ਼ ਹੋਇਆ ਇਸ ਵਾਸਤੇ ਚਾਰ ਅੱਖਰ ਜਿਹੜੇ ਰਾਧਾ ਰਾਮ ਜਨਮ ਇਹ ਰਾਧਾ ਜਿਹੜਾ ਰਾਮ ਚੰਦ ਰਮਿਆ ਚੰਦ ਨੂੰ ਪ੍ਰਕਾਸ਼ ਨਾਲ ਮਨ ਜੈਸਾ ਮੰਨ ਲਓ ਜਾਣ ਲਓ ਇਸ ਵਾਸਤੇ ਇਹ ਕਹਿੰਦੇ ਜਿਹੜੇ ਹੈ ਰਾਰਾ ਮਨ ਚੰਦ ਇਹ ਮੰਨ ਲਓ ਕਿ ਚਾਰੇ ਅੱਖਰ ਜਿਹੜੇ ਜੋੜ ਕੇ ਵਾਹਿਗੁਰੂ ਬਣਾ ਜਿਵੇਂ ਚਾਰ ਕੁਆਨੀਆਂ ਹੁੰਦੀਆਂ ਇਕੱਠੀਆਂ ਕਰਦੀ ਰੁਪਈਆ ਬਣ ਜਾਂਦਾ ਨਾ ਅੱਲਾ ਪਾਵਾ ਹੀ ਹੈ ਜੇ ਜੋੜ ਦੇਈਏ ਫਿਰ ਚਾਰ ਪਾਈ ਬਣ ਜਾਂਦੀ ਇਸ ਤਰ੍ਹਾਂ ਚਾਰੇ ਚੁਆਨੀਆਂ ਇਕੱਠੀਆਂ ਕਰਕੇ ਰੁਪਈਆ ਜਿਵੇਂ ਬਣਾ ਦੇ ਚਤੁਰ ਵਰਨ ਨੂੰ ਕੋਈ ਇੱਕ ਬਣਾ ਦਿਓ ਚਾਰੇ ਵਰਨਾ ਅੱਖਰਾਂ ਦਾ ਇੱਕ ਬਣਾ ਤਾ ਫਲ ਦਾ ਇਹ ਕਾਹਦੇ ਸੁਹਾਵ ਇਹ ਫਲ ਦਾ ਹੀ ਬੜਾ ਪੱਗਿਆ ਬੜਾ ਸੁਹਾਵਣਾ ਬੜਾ ਸੋਭਨੀ ਚਤੁਰ ਨਾਮ ਸਿਮਰਨ ਕੀ ਹੈ ਇੱਕ ਨਾਮ ਦੇ ਸਿਮਰਨ ਕਰਨ ਚੌਹਾਂ ਨਾਮਾਂ ਦਾ ਮੰਨ ਲਓ ਇਕੱਠਾ ਹੀ ਸਿਮਰਨ ਹੋ ਜਾਂਦਾ ਔਰ ਧਾਰੇ ਜੇ ਸੋਰੀਵੇਕ ਇਹਨੂੰ ਧਾਰਨਾ ਵਿਵੇਕ ਗਿਆਨ ਕਰਦਾ ਸ੍ਰੀ ਸਰਗੁਣ ਦੇ ਨਾਮ ਤਿੰਨ ਅਤੇ ਇਉਂ ਜਾਣੇ ਵਰ ਜਿਹੜੇ ਸਰਗੁਣ ਦੇ ਨਾਮ ਪਰਮੇਸ਼ੁਰ ਦੇ ਆ ਉਹ ਕਰਨੀਆਂ ਕਰਕੇ ਮੈਨੂੰ ਕੋਈ ਜਾਤੀ ਨਾਮ ਹੈ ਕੋਈ ਸਫਾਤੀ ਨਾਮ ਹੈ ਕੋਈ ਜਾਤ ਕਰਕੇ ਆ ਕੋਈ ਸਿਫ ਦੇ ਕਰਕੇ ਹੋਰ ਆ ਗਏ ਨੇ ਤਿੰਨ ਅਤੇ ਸ੍ਰੀ ਸਰਗੁਣ ਦੇ ਨਾਮ ਤਿੰਨ ਅਤੇ ਇਉਂ ਜਾਣੇ ਵਰ ਕਹਿੰਦੇ ਇਸ ਤਰ੍ਹਾਂ ਉਹਨਾਂ ਸਾਰਿਆਂ ਤੋਂ ਇਹਨੂੰ ਅਧਿਕ ਜਾਣੇ ਔਰ ਅਰਥ ਮਤ ਧਾਮ ਕਰ ਹੈ ਸੋਧ ਅਨੰਤ ਵਰ ਫਿਰ ਕਹਿੰਦੇ ਬੁੱਧੀਵਾਨ ਲੋਕ ਇਹਦੇ ਹੋਰ ਵੀ ਕਈ ਤਰ੍ਹਾਂ ਦੇ ਸੁੱਖ ਦੇ ਨਾਲ ਇਲਾਜ ਕਰਦੇ ਆ ਕਿਉਂਕਿ ਵਿਦਵਾਨਾਂ ਨੇ ਪੰਡਿਤ ਈਸ਼ਰ ਸਿੰਘ ਜੀ ਨਿਰਮਲੇ ਸੰਤ ਹੋਇਆ ਉਹਨੇ 500 ਅਰਥ ਲਿਖੇ ਆ ਵਾਹਿਗੁਰੂ ਸ਼ਬਦ ਦੁਆਰਾ ਬੀਜ ਮੰਤਰ ਵਰ ਨਾਮ ਹੈ ਰਿਧਨ ਸੁਧਨ ਧਾਮ ਬੀਜ ਮੰਤਰ ਕਿਸੇ ਮੰਤਰ ਦਾ ਬੀਜ ਮੁੰਡ ਜਿਹੜਾ ਹੈ ਗੁਜੇ ਭਾਵ ਵਾਲਾ ਐਸਾ ਮੰਤਰ ਵਾਲਾ ਇਸੇ ਸਿੱਧੀ ਪ੍ਰਾਪਤੀ ਲਈ ਜਪਿਆ ਜਾਂਦਾ ਭਗਤ ਜਿਹੜੇ ਭਗਤੀ ਲਈ ਨਾਮ ਜਪਦੇ ਨਾਮ ਨੂੰ ਬੀਜ ਮੰਤਰ ਕਹਿੰਦੇ
ਇਸ ਵਾਸਤੇ ਇਹ ਮੂਲ ਮੰਤਰ ਬ੍ਰਹਮਾ ਕਮਤ ਬਾਣੀ ਮੰਤਰ ਮਹਾਂਪੁਰਖ ਨੂੰ ਮੰਨਿਆ ਤਾਲ ਮਨ ਸਾਧਨੋਂ ਕਰਤਾ ਮੂਲ ਮੰਤਰ ਸਿਮਰਨ ਪ੍ਰਵਾਨ ਵਾਹਿਗੁਰੂ ਗੁਰੂ ਮੰਤਰ ਹੈ। ਇਸ ਵਾਸਤੇ ਇਹ ਜਿਹੜਾ ਹੈ ਗੁਰਮਤਿ ਵਿੱਚ ਇੱਕ ਓਂਕਾਰ ਨੂੰ ਬੀਜ ਮੰਤਰ ਕਹਿੰਦੇ ਹਨ, ਇੱਕ ਓਂਕਾਰ, ਕਿਉਂਕਿ ਇਹਦਾ ਅਰਥ ਮੂਲ ਮੰਤਰ ਆ, ਇਹਦਾ ਸ੍ਰੀ ਜਪਜੀਤ ਸਾਹਿਬ ਹੈ ਅਤੇ ਜਪਜੀਤ ਸਾਹਿਬ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਇਸ ਵਾਸਤੇ ਇਹ ਵਾਹਿਗੁਰੂ ਬੀਜ ਮੰਤਰਾਂ 'ਚੋਂ ਸ੍ਰੇਸ਼ਟ ਬੀਜ ਮੰਤਰ ਅਤੇ ਨਾਲੇ ਰਿਧੀਆਂ ਸਿੱਧੀਆਂ ਦਾਤਾ, ਨਾਲੇ ਕਹਿੰਦੇ ਮੁਕਤੀ ਰੂਪੀ ਪਰਮ ਮਹਾਨ ਸੁਖ ਦੇ ਰਿਹਾ। ਇਸ ਵਾਸਤੇ ਅੱਠੋ ਪੈਰ ਇਹਨੂੰ ਜਪਦੇ ਰਹੀਏ, ਚਤੁਰਵੀਰ ਚੋਂ ਜੋਕੇ ਕਾਢੇ, ਬੀਜ ਪ੍ਰਤਾਪ ਜੀਵਨ ਵੱਲ ਵਾਢੇ, ਚਾਰ ਪਦਾਰਥ ਬੀਜ ਮਹੀ ਪੁਨ ਪਰਣਵ ਆਦਿ ਪ੍ਰਗਟੇ ਹੈ ਧਾਰ ਧੰਨ। ਚੌਪੇ ਅੱਖਰ ਮਧੁਰ ਮਨੋਹਰ ਚਾਰ, ਅਤੇ ਮਧੁਰ ਮਿੱਠੇ ਜਿਹੜੇ ਅਤੇ ਕੋਮਲ ਅਚਾਰਨ ਡੱਡਾ ਡੱਡਾ ਪੱਪਾ, ਇਹ ਕਰੜੇ ਹੈ ਨਾ ਚਰਨ, ਪਰ ਬਾਵਾ ਹਾਹਾ ਗਗਾਰਾਰਾ, ਇਹ ਚਾਰੇ ਚਰਨ ਵਿੱਚ ਕੋਮਲ ਹੈ। ਸਿਮਰਨ ਕਰਦਿਆਂ ਜਿਹੜਾ ਰਸ ਵਾਲੀ ਵਸਤਾ ਹੁੰਦੀ ਹੈ ਉਹਦੇ ਲਈ ਵੀ ਦੱਸਦੇ ਮਨੋਹਰ, ਮਨ ਨੂੰ ਹਾਰ ਲੈਣ ਨਾਲ ਮਨ ਨੂੰ ਅਕਾਗਰ ਕਰ ਦਿੰਦੇ। ਚਾਰ ਚਾਰ ਤੋਂ ਮੈਂ ਅਚਾਰਕ ਚਾਰੂ ਮੈਨੂੰ ਸੁਣਦੇ, ਮਨ ਨੂੰ ਚੰਗੇ ਲੱਗਣ ਨਾਲ ਚਾਰ ਵੇਦ ਅੱਖਰ ਮਧੁਰ ਮਨੋਹਰ ਚਾਰ, ਚਾਰ ਵੇਦ ਕਹੇ ਜਾਂਦੇ, ਇਹ ਚਾਰੇ ਵੇਦਾਂ ਦੇ ਚਾਰ ਵੇਦ, ਵੇਦ ਤਿੰਨੇ ਆ ਹੁਣ ਚਾਰੇ ਵੇਦ। ਇਸ ਵਾਸਤੇ ਅਤੇ ਇਹਦੇ 'ਚ ਹੈ ਅਨੀਸ਼, ਅਨੀਸ਼ ਕਸ਼ਕੀ ਜਿਹੜੇ ਨਿਆਏ ਅਤੇ ਨਾਦਕ ਤਰਕ ਵਾਲੇ ਫਲਸਫਲਸ ਵੇਦ ਤਿੰਨੇ ਹੁਣ ਚਾਰੇ ਵੇਦ, ਦੂਜਾ ਹੈ ਜਿਹੜਾ ਅਨੀਸ਼ ਕਸ਼ਕੀ ਹੈ ਨਿਆਏ ਦੇ ਫਲਸਫੇ ਵਾਲੇ, ਦੰਡਨੀਤੀ ਰਾਜਨੀਤੀ ਵਾਰਤਾ ਵਰਤਾਰੇ ਦੀ ਵਿਧੀਆਂ, ਚਕੇਤ ਸਾਹਿਬ ਪਾਰ ਆ ਖੇਤੀ ਹੈ ਚਿਲਪਕਾਰੀ, ਚਾਰੇ ਵੇਦ ਰਹਿ ਗਿਆ ਜਿਹੜਾ ਸ਼ਾਮ ਕਰਮ, ਚੌਹਾਂ ਵੇਦਾਂ 'ਚ ਗੀਤ ਜਿਹੜੀਆਂ ਪੰਗਤੀਆਂ। ਇਸ ਵਾਸਤੇ ਅਰਥ ਸਿੱਧੀ ਬਹੁਤੀ ਜਿਹੜੇ ਸਿਵ ਸਲਾਹ ਪਾਪਾਂ ਤਿਉਹਾਰ ਦੀ ਮੰਗ ਹੈ। ਇਸ ਵਾਸਤੇ ਕਨਿਸ਼ਨਾਂ ਵਗੈਰਾ ਹੋਰ ਕਈ ਕੁਛ ਹੈਗਾ, ਸਾਰ ਸਿੱਧ ਯੁਗਤੀ ਜਿਹਨੂੰ ਕੋਈ ਖੰਡਣਾ ਕਰ ਸਾਰਿਆਂ ਤੋਂ ਉੱਤਮ, ਕੋਈ ਉਹ ਚੋਣਵਾਂ ਹਿੱਸਾ ਸ੍ਰੇਸ਼ਟ, ਜਿਵੇਂ ਅੰਮ੍ਰਿਤ ਸਿਧਾਂਤ ਦੀ ਸਿੱਟੇ ਦੀ ਗੱਲ ਕਰੀ, ਇਹ ਚਾਰੇ ਅੱਖਰ ਮਿੱਠੇ ਆ, ਮਨ ਨੂੰ ਹਰਨ ਵਾਲੇ ਆ, ਪਰਮਾਤਮਾ ਨੂੰ ਲਿਖਾਉਣ ਲਈ ਆ, ਸਿੱਧ ਆ ਯੁਗਤੀ ਸਰੂਪ ਜਾਣ ਦਾ, ਚਾਰ ਵਰ ਚਾਰ ਰੰਗ ਚਾਰ ਮੁੱਖ ਜਾਤੀਆਂ, ਬ੍ਰਹਮਣ ਖੱਤਰੀ ਪੈ ਸ਼ੁਭ, ਚਾਰ ਆਸ਼ਨ ਮੈਂ ਬ੍ਰਹਮਚਾਰੀ ਗ੍ਰਸਤੀ ਬਾਣ ਗ੍ਰਸਮੋਸ, ਚੌਹਾਂ ਵਰਨਾਂ ਦੇ ਪਾਪਾਂ ਨੂੰ ਹਰ ਦੂਰ ਕਰਨ ਦੀ ਸਮਰੱਥ ਹੈ, ਚੌਹਾਂ ਆਸ਼ਮੀ ਦਾ ਆਚਰਣ ਧਾਰਨ ਕਰਨਾ ਸੁੱਖ ਦੇਣ ਵਾਲਾ ਹੈ, ਕਿਉਂਕਿ ਇਹਦਾ ਆਚਰਣ ਵੀ ਸੌਖਾ, ਕਈ ਮੰਤਰ ਜਵਾਨ 'ਤੇ ਨਹੀਂ ਚੜ੍ਹਦੇ, ਇਹ ਜਵਾਨ 'ਤੇ ਸੌਖੇ ਚੜ੍ਹ ਜਾਂਦੇ। ਵਾਹਿਗੁਰੂ ਸਾਹਿਬ ਚਾਰ ਮੁਕਤ ਕੇ ਇਹ ਦਰ ਚਾਰ, ਇਹ ਮਨ ਨੂੰ ਚਾਰ ਮੁਕਤੀਆਂ ਦੇ ਚਾਰ ਦਰਵਾਜ਼ੇ ਆ, ਜਿਵੇਂ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੁੰਦਾ ਨਾ, ਇਉਂ ਚਾਰੋਂ ਕਿਦੋਂ ਵਿਸ਼ਨ ਕੀ ਹੈ ਪੂਜਾ, ਜਾਂ ਮਨ ਨੂੰ ਵਿਸ਼ਨ ਚਾਰ ਬਾਹਾਂ ਹੈ ਨਹੀਂ, ਅਤੇ ਚਾਰ ਮੁਕਤੀਆਂ ਸਲੋਕ ਆ, ਸਰੂਪ ਆ, ਸਜੋਜਿਆ, ਸਮੀਪ ਆ, ਚਾਰ ਭੋਜਨ ਵਿਸ਼ਨੂੰ ਦੀਆਂ ਸੰਖ ਚਿੰਨ ਹੈ, ਜਿਹੜਾ ਸੁੱਤਿਆਂ ਨੂੰ ਬੰਦ ਕਰਨ ਲਈ ਜਗਾਉਂਦਾ ਹੈ, ਸੁੱਤੀ ਸੁਰਤ ਨੂੰ ਜਗਾਉਣ ਦਾ ਚੱਕਰ, ਬੈਰੀ ਨੂੰ ਦੂਰੋਂ ਮਾਰ ਦਿੰਦਾ ਹਥਿਆਰ, ਕਾਮਕ ਨੂੰ ਨੇੜੇ ਨਾਲ ਢੁੱਕਣ ਦੇਣ ਦੀ ਸ਼ਕਤੀ, ਗਧਾ ਜਿਹੜਾ ਨੇੜੇ ਢੁੱਕੇ ਉਹਨੂੰ ਬੈਰੀ ਨੂੰ ਮਾਰਨ ਦਾ ਸ਼ਕ, ਅੰਦਰ ਵਾਸ ਦੇ ਬੁਰੇ ਸੰਸਕਾਰਾਂ ਨੂੰ ਜਿਹੜੀ ਰੁਚੀ ਉਹਨੂੰ ਮਾਰਨ ਦੀ ਸ਼ਕਤੀ, ਪਦਮ ਬੀਜੇ ਮਨ ਹੋ ਕੇ ਸੁੱਖ ਮੰਗਲ ਸ਼ਾਂਤ ਅਨੰਦ ਸਹਿਜ ਵਾਤਾ ਦਾ ਚਿੰਨ, ਇਹ ਚਾਰ ਵਿਸ਼ਨੂੰ ਦੀਆਂ ਬਾਹਾਂ ਸਮਝ ਲਓ, ਸੰਖਿਆ
ਕਰਿਆ ਸੁਦਰਸ਼ਨ ਗਦਾ ਅਤੇ ਖੋਲਿਆ। ਚਾਰ ਉਪਦੇਸ਼ ਹੈ ਭਗਤੀ, ਯੋਗ, ਬਰਾਗ ਅਤੇ ਗਿਆਨ। ਚਾਰ ਉਪਦੇਸ਼, ਸੁੰਦਰ ਉਪਦੇਸ਼। ਚੱਕ ਜੇ ਚਾਰ ਪੂਰਬ, ਪੱਛਮ, ਉੱਤਰ, ਦੱਖਣ ਅਤੇ ਚਾਰੇ ਦਿਸ਼ਾ ਹੋਈਆਂ। ਦੇਸ਼ ਕੀ ਸਾਰਾ ਸੰਸਾਰ। ਚਾਰ ਵਾਰ ਜਾਗਰ ਸਮੂਹ ਤੁਰੀ ਆ। ਚਾਰ ਉਮਰਾਂ ਬਾਲਕ, ਕਿਸ਼ੋਰ, ਯੁਵਾ ਅਤੇ ਗਿਰਧ। ਬਾਲਕ ਅਵਸਥਾ, ਕਿਸ਼ੋਰ ਅਵਸਥਾ, ਜਵਾਨ ਅਵਸਥਾ, ਗਿਰਧ ਅਵਸਥਾ। ਜਾਂ ਕਹਿੰਦੇ ਚਾਰ ਉਪਦੇਸ਼ ਚਾਕੇ ਚਾਰ, ਚਾਰ ਅਵਸਥਾ ਮੈਂ ਸੁਸਾਰ। ਕਦੋਂ ਬਿਸ਼ਨ ਕੀ ਪੁੱਜਿਆ ਚਾਰ, ਇਹ ਵੀ ਹੋ ਗਿਆ। ਅਤੇ ਫਿਰ ਚਾਰ ਚੱਕਾਂ ਨੂੰ ਸੁੰਦਰ ਉਪਦੇਸ਼, ਚਾਰੇ ਅਵਸਥਾ 'ਚ ਸੁੱਖ ਦੇਣ ਵਾਲੇ। ਜਿਹੜੇ ਚਾਰੇ ਅੱਖਰ ਆ, ਐਸੇ ਆ ਗੱਲ ਕਮਾਈ ਨਾਲ ਆ, ਬਿਨਾਂ ਕਮਾਈ ਗੱਲ ਨਹੀਂ ਬਣਦੀ। ਦੋਹਰਾ ਨਿਰਭਵੇਕ ਹੀ ਸਹਿਣ ਮੈਂ ਸਹਿਣਾ ਪਾਦੇ ਚਾਰ। ਇਹ ਗਿਆਨ ਰੂਪੀ ਰਾਜੇ ਦੀ ਜਿਹੜੀ ਸੈਨਾ ਵਿਵੇਕ, ਚਾਰ ਅੱਖਰ ਮਨੋ ਚਾਰੂ ਦੇ ਸੈਨਾਪਤੀ ਹੈ। ਬਹੁਤ ਘੱਟ ਕੋਈ ਜੀਤ ਕੈ ਜਿਨ ਮੈਂ ਲਿਖ ਦੂੰਗਾ। ਇਹ ਮੋਹ ਰੂਪੀ ਕਟਕ ਫੌਜ ਨੂੰ ਜਿੱਤ ਕੇ ਇਹਨੂੰ 'ਚ ਮਾਰ ਲੈਂਦਾ। ਐਸੇ ਆ ਚੌਪੇ ਪ੍ਰੇਮ ਭਗਤੀ ਭੂਖਣ ਦਾ। ਇਹ ਪ੍ਰੇਮਾ ਭਗਤੀ ਦੇ ਚਾਰ ਤਰ੍ਹਾਂ ਦੇ ਗਹਿਣੇ ਹੈ, ਚਾਰ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਹੁੰਦਾ ਆਰੋਪ, ਉਹ ਜਿਹੜਾ ਕਿ ਰੰਗ ਦੁਆਲੇ ਲਟਕਾ ਕੇ ਪਹਿਨਾਇਆ ਜਾਂਦਾ, ਜਿਵੇਂ ਮਾਲਾ ਆ, ਹਾਰ ਆ, ਕੈਂਠੀ ਆ, ਜੰਜੀਰਾਂ ਆ, ਕੈਂਠੇ ਕੁੰਠੇ। ਦੂਜਾ ਹੁੰਦਾ ਸ਼ਿਪ, ਹੈਂ, ਜਿਹਨਾਂ ਵਿੱਚ ਕੋਈ ਅੰਗ ਪਾਇਆ, ਜਿਵੇਂ ਛੱਲਾ ਆ, ਮੁੰਦੀ ਆ, ਚੂੜੀ ਆ, ਬੰਦ ਆ, ਕੜੇ ਆ, ਗੋਖੜੂ ਆ, ਪੰਜੇਬਾਂ ਆ, ਲੱਛੇ ਆ, ਕੜੀਆਂ। ਤੀਜਾ ਆਬਿਦ, ਜਿਹੜਾ ਕਿ ਸਾਨੂੰ ਛੇ ਕਰਕੇ ਪਾਏ ਜਾਣ, ਨੱਥ ਆ, ਲੌਂਗ ਆ, ਤੀਲੀ ਆ, ਕਨੌੜਾ, ਬਾਲੀ ਵਾਲ, ਇਹ ਬੰਦੇ ਆ। ਚੌਥਾ ਬੰਦਨੀ ਹੈ, ਜਿਹੜਾ ਬੰਨ ਕੇ ਪਹਿਨੇ ਆ, ਗਾਉਣੀ ਆ, ਟਿੱਕਾ ਆ, ਤਵੀਤੜੀਆਂ, ਸ਼ਿੰਗਾਰ ਪੱਟੀ ਆ, ਪੌਂਚੀ, ਬਾਜੂ, ਬਹੁਤੇ ਤੜਾਜੀ ਤੜੂਗੀ। ਇਹ ਚਾਰ ਕਰਨ ਦੇਖੋ ਦੱਖਣ ਗਿਆਨ ਕੋਲੋ ਚੰਗਾ। ਫਿਰ ਇਹ ਗਿਆਨ ਨੂੰ ਲੱਗ ਲੈਣ ਵਾਸਤੇ ਚਾਰ ਅੱਖਾਂ ਹੈ। ਚਾਰ ਪਦਾਰਥ ਕੇ ਦਾਤਾ, ਚਾਰੇ ਪਦਾਰਥਾਂ ਨੂੰ ਦੇਣ ਵਾਲੇ ਦਾਤੇ। ਔਰ ਚਾਰ ਜੋ ਯੁਗ ਤਿੰਨ ਮੈਂ ਗਤਕਾ, ਚਾਰ ਮੈਂ ਦਾਤੇ ਆ, ਚਾਰ ਯੁਗਾਂ 'ਚ ਤਿੰਨਾਂ 'ਚ ਮੁਕਤੀ ਦਾਤਾ ਆ। ਗਤਕਾਰ ਮੈਨੂੰ ਮੁਕਤੀ ਦੇਣ ਵਾਲੇ ਚਾਰ ਮੈਂ ਸੈਨਾ ਜੀ, ਪੈਦਲ ਰਾਤ ਘੋੜੇ ਹਾਥੀ, ਚਾਰੇ ਇਹ ਚਾਰੇ ਸੈਨਾਪਤੀ। ਭਗਤਨ ਕੰਠਾ ਭਰਨ ਸੋ ਚਾਰ, ਇਹ ਸਭ ਦੋਨੋਂ ਲੋਕ ਉਜਾਰ। ਚਾਰ ਵਰਨ ਕੇ ਧਰਮ ਆਧਾਰ, ਚਾਰ ਵਰਨ ਔਰ ਕਬਨਾ, ਕੰਠਾ ਵਰਨ ਕੰਠ ਕਹਿੰਦੇ ਹਾਂ ਨਾਲਾ ਗਿਣ। ਭਗਤਨ ਕੰਠਾ ਭਰਨ ਸੋ ਚਾਰ, ਜੇ ਸਭ ਦੋਨੋਂ ਲੋਕ, ਚਾਰ ਵਰਨ ਕੋ ਧਰਮ ਆਧਾਰ, ਚਾਰ ਵਰਨ ਔਰ ਕਬਨਾ ਵਿਸਾਰ। ਅਤੇ ਪਰਮੇਸ਼ਰ ਦਾ ਨਾਮ ਜਿਹੜਾ ਵਾਹਿਗੁਰੂ, ਚਾਰ ਅੱਖਰ ਭਗਤਾਂ ਦੇ ਗਲੇ ਦਾ ਸੁੰਦਰ ਗਹਿਣਾ ਹੈ। ਔਰ ਜਿਨ੍ਹਾਂ ਦੀ ਛੱਬੀ ਸੁੰਦਰ ਹਨ, ਦੋਵਾਂ ਲੋਕਾਂ ਚਾਨਣਾ ਹੁੰਦਾ, ਔਜਾਰ ਚਾਨਣ। ਚਾਰ ਵਰਨਾਂ ਦੇ ਧਰਮ ਦਾ ਇਹ ਆਧਾਰ ਆ, ਆਸਰੇ ਆਉਂਦੀ। ਚਾਰ ਅੱਖਰਾਂ ਨੂੰ ਮਨੋਂ 'ਚੋਂ ਕਦੇ ਵੀ ਭੁਲਾਈਏ, ਹਮੇਸ਼ਾ ਚੇਤੇ ਰੱਖੀਏ। ਅਤੇ ਜਿਹੜੇ ਗਿੱਛੀ ਨਾਲ ਲੱਗੇ ਰਹਿਣ, ਜਿਵੇਂ ਕੰਠ ਆ, ਗੁਰੂ ਬੰਦ ਕਰਨ, ਜਿਹੜੇ ਗੱਲ ਨਾਲ ਚਪੋਲ ਟੁਕੜੇ ਸੋਨੇ ਦੇ ਜਾਂ ਜੜਾਓ ਰੋ ਕੇ ਗਲੇ ਵਿੱਚ ਲੱਗਣ, ਕੈਂਠੇ ਲਮੇਰੇ, ਚੌਂਕੀ, ਜੁਗਨੀ, ਗੁਟਕੀ, ਮੋਹਰਾਂ, ਜਿਹੜੇ ਜੜਾਓ ਸਾਦੇ ਰਤਨ ਵਾਲੇ, ਕੱਚ ਦੇ ਕੇ ਥੇਵਿਆਂ ਵਾਲੇ ਆ, ਹਾਰ ਆ, ਚੰਦਰ ਸੈਨੀ ਹਾਰ, ਰਾਣੀ ਹਾਰ, ਜੰਜੀਰੀ, ਨੌ ਲੱਖਾਂ ਹਾਰ, ਜਿਹੜੇ ਆ ਲੰਮੇ ਹੋਣ, ਨਕਲੀ ਜਾਂ ਅਸਲੀ ਬਣੀਆਂ, ਜਿਹਨਾਂ ਕਰੋਤੀਆਂ ਜਾਂ ਸੋਨੇ ਦੇ ਮਨ ਕਣ ਟੋਏ, ਜਾਂ ਲੰਮੀ ਮਾਲਾ, ਮੋਤੀ ਮਾਲਾ, ਕਪੂਰ ਮਾਲਾ ਆਦਿ। ਇਸ ਵਾਸਤੇ ਇਹ ਐਸੇ ਜਿਹੜੇ ਹੈਗੇ, ਤੁਹਾਡਾ ਜੀਵ ਪਰਮਾਤਮਾ ਮਿਲ ਗਿਆ ਅਤੇ ਉਹਨਾਂ ਦੁਪਾਸੀ ਚਾਰ, ਇਹ ਚਾਰ ਅੱਖਰ ਜੀਵ ਪਰਮਾਤਮਾ ਦੀ ਮਿਲਣੀ ਮਨ ਨੂੰ ਦੁਪਾਸੀਏ ਆ, ਜਿਵੇਂ ਦੁਪਾਸੀ ਆਉਂਦਾ ਨਾ ਦੋਵੇਂ ਪਾਸੇ ਗੱਲ ਕਰਾਉਂਦਾ, ਇਹ ਵਾਹਿਗੁਰੂ ਜੀਵ ਅਤੇ ਪਰਮਾਤਮਾ ਦੀ ਗੱਲ ਕਰਾਉਣ ਵਾਲੇ ਆ, ਰੱਬ ਨਾਲ ਗੱਲਾਂ ਕਰਾ ਦੇਣ ਵਾਲੇ। ਗਾਹਕ ਜੇ ਪੜ੍ਹ ਕੇ ਭਲੇ ਦਲਾਲ ਵਿਚਾਰ, ਤੇਰੇ ਲੋਕ ਮੁਕਤੀ ਦੇ ਜਿਹੜੇ ਖਰੀਦਦਾਰ ਹਨ, ਇਹਨਾਂ ਅੱਖਰਾਂ ਨੂੰ ਉਹਨਾਂ ਦੇ ਭਲੇ ਲਈ ਦਲਾਲ ਵਿਚਾਰ ਲਓ, ਜਿਵੇਂ ਦਲਾਲ ਹਨ ਕਰਾਉਂਦਾ ਨਾ ਸੌਦਾ, ਇਸ ਤਰ੍ਹਾਂ ਇਹ ਰੱਬ ਦੇ ਨਾਲ ਸੌਦਾ ਕਰਾਉਂਦੇ, ਨਾਮ ਬਰਕਤਾਂ ਦਵਾਉਂਦੇ। ਪਾਬੰਦਨ ਕੇ ਆਮ ਕੋ ਆਖਿਆ ਭੇਖ ਵਿਚਾਰ, ਪ੍ਰਮ ਤਮ ਕੋ ਸੰਭਾਨ ਕੇ ਦੇ ਪਦ ਉਰਦਾਰ। ਪਾਬੰਦਨ ਸਾਹਿਬ ਦੇ ਬੰਧਨ ਜਿਹੜੇ ਉਹ ਧੰਦੇ, ਜਿਹੜੀਆਂ ਪਿੱਛਾਂ ਵਾਲੇ ਕੰਮ ਨੇ,
ਰੱਬ ਵੱਲ ਲੱਗਣ ਦੀ ਫੇਲ ਮੌਕਾ ਨਹੀਂ ਲੱਗਣ ਦਿੰਦੇ, ਇਹਨਾਂ ਦਾ ਕਾਰਨ ਹੁੰਦੇ ਆ। ਆਮ ਜਿਹੜੀ ਬਿਮਾਰੀ ਹੈ, ਆਖਿਆ ਅਖਸ਼ਾ ਨਾ ਕਹਿਣ ਹੋਣ, ਆਪਣਾ ਸਿਰ ਕਿਤੇ ਬਿਨਾਂ ਵਿਅਰਥ ਨਹੀਂ ਜਾਂਦੇ। ਇੱਕ ਚਾਰ ਦਵਾਈ ਰੂਪ ਜਾਂ ਦਾਰੂ ਰੂਪ, ਸੋਹਣੀ ਦਵਾਈ ਚਾਰ ਬੜੀ ਸੁੰਦਰ, ਚਾਰ ਤਰ੍ਹਾਂ ਦਵਾਈ ਹੈਗੀ ਹੈ ਨਾ, ਧਾਤਾਂ ਤੋਂ ਬਣਨ ਵਾਲੇ, ਪਟਗੜੀ ਕੁਛ ਤੇ ਫਲਾ, ਜੜੀ ਬੂਟੀ ਬਨਾਸਪੀ ਤੋਂ ਮਲੱਕੀ, ਜਾਨਵਰਾਂ ਤੋਂ ਕਸਤੂਰੀ, ਇਹਨਾਂ ਤਿੰਨਾਂ ਦੇ ਮਿਲ ਤੋਂ ਜਿਹੜੇ ਬਣੇ ਪਤਰੀਪਲ ਮਿਸ਼ਰਤ ਦਵਾਈਆਂ, ਚਾਰ ਤਰ੍ਹਾਂ ਦੀਆਂ ਸੋਧਨ, ਸਰੀਰ ਦੀ ਮੈਲ ਦੂਰ ਕਰਨ, ਰੋਗ ਜਲਾਬ ਜਿਹੜਾ ਦੇਣਾ, ਅਤੇ ਫਸਲ ਵਗੈਰਾ ਉਲਟੀ ਕਰਾ ਕੇ ਸ਼ਮਲ, ਸਰੀਰ ਨੂੰ ਖਿੱਚਣ ਕੇ ਠੰਡ ਪਾਵੇ, ਪੀੜਾ ਨੂੰ, ਅਫੀਮ, ਆਕਰਸ਼ਣ, ਦੋਸ਼ਾਂ ਨੂੰ, ਸੋਧਨ ਨੂੰ ਕੱਢੇ, ਬਿਮਾਰੀ ਨੂੰ ਬਲ ਕਰੇ, ਜਿਸ ਤਰ੍ਹਾਂ ਗਮਨ ਫਾਕਾ ਬਰਕਰ ਬਣੋ। ਚੌਥਾ ਪੌਸ਼ਟਿਕ ਈਨ ਧੁਆਤੋਂ ਦੀ ਪੂਰਤੀ ਹੈ, ਤਾਕਤ ਭਰੇ ਸਵਾਸਥ ਫਲਾਦ, ਤਾਕਤ ਵਾਲੇ ਕੁਛ ਕੇ ਬਣੇ, ਸੁਰਜੀਤ ਨੂੰ ਜੋਰੀ ਜੋਰ ਪਾਉਂਦੇ। ਇਸ ਵਾਸਤੇ ਕਹਿੰਦੇ ਜਿਸ ਤਰ੍ਹਾਂ ਜੀਵ ਦੇ ਸੰਸਾਰ ਬੰਧਨ ਵਧਾਇਮਾਂ ਨੂੰ ਹੋਣ ਦੀ ਬਿਮਾਰੀ ਜਿਹੜੀ ਹੋਣੇ ਆ, ਇਹ ਜਿਹੜੇ ਪਰਮੇਸ਼ੁਰ ਦੇ ਨਾਮ ਦੇ ਅੱਖਰ ਆ, ਖਾਲੀ ਨਾ ਜਾਣ ਵਾਲੀ ਸੁੰਦਰ, ਇਹ ਚਾਰ ਤਰ੍ਹਾਂ ਦੀ ਬੜੀ ਸੁੰਦਰ ਦਵਾਈ ਹੈ। ਭਰਮ ਦਮ ਕੇ ਸਮਗੂ ਪਾਣ ਕੇ ਦੇਤ ਸਪਾ ਦੁਰਟਾਰ, ਫੇਰੇ ਭਰਮ ਰੂਪੀ ਹਨੇਰੇ ਨੂੰ, ਇਹ ਜਿਹੜੇ ਚਾਰੇ ਅੱਖਰ ਆ ਸੂਰਜ ਵਾਂਗ ਹਿਰਦੇ 'ਚੋਂ ਛੇਤੀ ਦੂਰ ਕਰ ਦਿੰਦੇ ਆ, ਸੂਰਜ ਹਨੇਰਾ ਦੂਰ ਕਰਦਾ, ਇਹ ਜਿੰਨੇ ਵੀ ਵਿਕਾਰ ਆ, ਦੋਸ਼ ਆ, ਬਿਮਾਰੀਆਂ, ਉਹਨਾਂ ਨੂੰ ਦੂਰ ਕਰ ਦਿੰਦੇ ਆ। ਸੋਧਨ ਇੱਕ ਮਨ ਦਾ ਵਿਕਾਰ ਆ, ਲੈਲ ਪਾਪਾਂ ਦੀ ਰੂਪ, ਸਿਮਰਨ ਦੂਰ ਕਰ ਦਿੰਦਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾ, ਸ਼ਮਨ ਮਨ ਦਾ ਵਿਕਾਰ ਆ, ਬਖਸ਼ੇਪ ਖਿੰਡੇ ਰਹਿਣਾ, ਫਿਰ ਉਹਨਾਂ ਉਸਨੂੰ ਟਿਕਾਓ ਬਖਸ਼ਦਾ, ਜੀ ਮਨ ਪੁਰਬੋਧ ਹਰ ਕਾ ਨਾਇਕ ਹੈ ਤੇ ਸਾਵਤਾ ਬੈਠਾ। ਆਕਰਸ਼ਣ ਮਨ ਦੀ ਇੱਕ ਬਿਮਾਰੀ ਜਿਹੜੀ ਵਿਸ਼ਾ ਸ਼ਕਤੀ ਇੰਦਰੀਆਂ ਦੇ ਭੋਗ ਰਸਾਂ ਸ਼ਕਤ ਹੋਣਾ, ਨਾ ਜਨਮ ਮਨ ਦੇ ਭੋਗਾਂ ਨੂੰ ਬ੍ਰਾਹਮਣ ਕੋਈ ਲੰਘਣ ਕਰਦਾ, ਜਾਸ ਜਾਵਤ ਬਸ ਆਵੇ ਪੰਚ। ਪੌਸ਼ਟਿਕ ਮਨ ਦਾ ਵੀ ਹੁਣ ਧਾਰਨ ਤੋਂ ਕਮਜ਼ੋਰ ਆ, ਦ੍ਰਿਸ਼ਟਾ ਪਦ ਵਿੱਚ ਸਿੱਧਾ ਖੜਾ, ਪਰਮਾਤਮਾ ਨਾਲ ਲੱਗੇ ਰਹਿਣ ਤੋਂ ਨਿਤਾਣਾ ਆ, ਨਾ ਸੁਣਨ ਦੈਵੀ ਜਿਹੜੇ ਗੁਣ ਕਿਤੇ ਸਿਧਾ ਕੇ ਟਿਕ ਜਾਂਦੇ ਆ, ਦ੍ਰਿਸ਼ਟਾ ਪਦ ਵਿੱਚ ਖੜਾਉਣਾ, ਪਰਮਾਤਮਾ ਨਾਲ ਮੇਲ ਵਿੱਚ ਲਗਾਓ, ਕਮਲ ਪ੍ਰਕਾਸ਼ ਪ੍ਰਾਪਤ ਹੋ ਜਾਂਦਾ, ਹਾਂਜੀ ਖੇਮ ਸਾਂਤਰੇ ਦੇ ਨਾਮ ਨਿਤ ਬੋਧ ਗਿਆਨ ਸਰਬਤੈ, ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸਿੱਧ ਉੱਤਮ ਉਤਮ ਇਸ ਨਾਲ ਚਾਰ ਸੁਣ ਪ੍ਰਕਾਸ਼ ਸਭ ਤੋਂ ਮਹਿਸੂਲ ਅਤੇ ਉਦਾਸ ਅੰਦਰ ਚਤਰ ਤੱਥਾਂ ਵਿਕਾਸ ਹੁੰਦਾ ਸੀ, ਇੱਕ ਦ੍ਰਿਸ਼ ਕੀਤਾ ਇਹ ਬਲ ਕਹਿੰਦੇ ਹਨ ਕਿ ਹੈ ਮੁੱਖ ਭਾਨੇ ਗੁਰੂ ਨਾਨਕ ਨਾਲ ਬਚਨ ਮੰਨੇ। ਇਸ ਵਾਸਤੇ ਇਹਦੇ ਵਿੱਚ ਸਾਰੇ ਗੁਣ ਜਿਹੜੇ ਵੈਸੇ ਮਨ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।